ਭਾਈ ਸਾਹਿਬ ਮੈਂ ਗੱਲ ਪੁੱਛਣੀ ਸੀ। ਹਾਂ ਪੁੱਛੋ। ਤੁਸੀਂ ਕਿੰਨੇ ਭਾਈ ਹੋ? ਤੁਸੀਂ ਕੀ ਲੈਣਾ ਵੀ? ਵੈਸੇ ਹੀ ਜਨਰਲ ਨੌਲੇਜ ਲਈ ਪੁੱਛਿਆ ਸੀ ਮੈਂ ਤਾਂ। ਉਹ ਜਾ ਯਾਰ, ਇੱਥੇ ਰਾਤ ਦਾ ਖੜਾ, ਸਵੇਰਾ ਹੋ ਗਿਆ, ਕੋਈ ਬੱਸ ਨਹੀਂ ਆਈ, ਜਨਰਲ ਨੌਲੇਜ ਇਕੱਠੀ ਕਰਦੇ ਫਿਰਦੇ। ਵੈਸੇ ਮੈਂ ਇਹ ਗੱਲ ਸਮਝਿਆ ਕੀ ਵੀ ਤੁਸੀਂ ਇਕੱਲੇ ਹੀ ਹੋ। ਉਹ ਚੰਗਾ ਚੰਗਾ, ਪਤਾ ਨਹੀਂ ਕਮਾਲ ਦੀ ਦੁਨੀਆ ਯਾਰ, ਹੱਦ ਹੈ, ਜਾਣ ਨਹੀਂ ਪਛਾਣ। ਓ ਹੈਲੋ, ਕੀ ਹਾਲ ਹੈ ਰਾਂਝਾ? ਆਪਾਂ ਤਾਂ ਤੇਰਾ ਹੀ ਖਿਆਲ ਹੈ। ਅੱਛਾ, ਹੁਣ ਤਾਂ ਅਖਬਾਰਾਂ ਦੇ ਵਿੱਚ ਖਬਰਾਂ ਛਪਣ ਲੱਗ ਗਈਆਂ। ਨਹੀਂ ਨਹੀਂ, ਕਾਫੀ ਦੇਰ ਦੀਆਂ ਛਪਦੀਆਂ, ਕਈ ਸਾਲਾਂ ਦੀਆਂ ਛਪਦੀਆਂ ਅਖਬਾਰਾਂ ਦੀਆਂ ਖਬਰਾਂ। ਮੇਰਾ ਮਤਲਬ ਇਹ ਅੰਗਰੇਜ਼ੀ ਦਾ ਅਖਬਾਰ ਹੈ। ਫਿਰ ਤੇਰੇ ਕੋਲ ਕੀ ਕਰਦਾ? ਮਤਲਬ ਇਹ ਹੈ ਕਿ ਇਹਦੇ ਵਿੱਚ ਤੇਰੇ ਬਾਰੇ ਖਬਰ ਛਪੀ ਹੈ। ਮੇਰੇ ਬਾਰੇ ਕੀ ਲਿਖਿਆ ਬਈ? ਲਿਖਿਆ ਕਿ ਜੁਗਨੂੰ ਬਹੁਤ ਜ਼ਿਆਦਾ ਬੋਲਦਾ ਹੈ। ਇਹਨੂੰ ਇੱਥੇ ਰੱਖ, ਮੈਂ ਤੈਨੂੰ ਸਮਝਾ। ਸਿਆਣੇ ਕਹਿੰਦੇ ਨੇ ਜਿੰਨੇ ਮੂੰਹ ਉਨੀਆਂ ਗੱਲਾਂ ਬਣਾਉਂਦੇ ਨੇ, ਤਾਂਹੀਓ ਮੇਰੇ ਬਾਰੇ ਲੋਕ ਇਹੋ ਜਿਹੀਆਂ ਗੱਲਾਂ ਫੈਲਾਉਂਦੇ ਨੇ। ਮੈਨੂੰ ਸਮਝ ਨਹੀਂ ਆਉਂਦੀ ਇਹ ਗੱਲਾਂ ਲੋਕ ਕਿੱਥੋਂ ਲਿਆਉਂਦੇ ਨੇ, ਐਵੇਂ ਯਾਰ ਆਪਣੇ ਆਪਣੇ ਤੀਰ ਤੋਂ ਕੇ ਲਾਉਂਦੇ ਨੇ, ਪਰ ਮੈਨੂੰ ਇਸ ਝਗੜੇ 'ਚ ਕਿਉਂ ਫਸਾਉਂਦੇ ਨੇ? ਇਹਦੇ ਪਿੱਛੇ ਸੋਨੀਆ ਦੀ ਚਾਲ ਹੈ ਜਾਂ ਅਡਬਾਨੀ ਦਾ ਰੱਥ ਹੈ? ਨਹੀਂ ਤਾਂ ਫਿਰ ਪੱਕਾ ਸਾਡੇ ਗੁਆਂਢੀ ਮੁਲਕ ਦਾ ਹੱਥ ਹੈ। ਲੈ, ਮੇਰੇ ਬਾਰੇ ਕਹਿੰਦੇ ਨੇ ਮੈਂ ਜ਼ਿਆਦਾ ਬੋਲਦਾ, ਮੈਂ ਕਈ ਮਹਿਕਮਿਆਂ ਨੂੰ ਬੜੀ ਬੇਰਹਿਮੀ ਨਾਲ ਫਰੋਲਿਆ। ਤੂੰ ਆਪ ਹੀ ਦੱਸ ਯਾਰ, ਮੈਂ ਹੁਣ ਤੱਕ ਕੁਛ ਬੋਲਿਆ? ਚੱਲ ਠੀਕ ਹੈ, ਮੈਂ ਮੰਨਦਾ ਕਿ ਮੈਂ ਥੋੜ੍ਹਾ ਜਿਹਾ ਜ਼ਿਆਦਾ ਬੋਲਦਾ, ਪਰ ਮੈਂ ਇਕੱਲਾ ਨਹੀਂ ਬੋਲਦਾ, ਇੱਥੇ ਹੋਰ ਬਥੇਰੇ ਬੋਲਦੇ ਨੇ। ਕਈ ਸ਼ਾਮ ਨੂੰ ਬੋਲਦੇ ਨੇ, ਕਈ ਸਵੇਰੇ ਬੋਲਦੇ ਨੇ, ਕਿਸੇ 'ਚ ਦਾਰੂ ਬੋਲਦੀ ਹੈ, ਕਿਸੇ 'ਚ ਪੈਸੇ ਹੀ ਬੋਲਦੇ ਨੇ, ਕਈ ਜਾਣਬੁੱਝ ਕੇ ਬੋਲਦੇ ਨੇ, ਕਈ ਵੈਸੇ ਹੀ ਬੋਲਦੇ ਨੇ, ਕਈ ਮਹਿਫਲ 'ਚ ਬੋਲਦੇ ਨੇ, ਕਈ ਇਕੱਲੇ ਬੋਲਦੇ ਨੇ, ਕਿਸੇ ਦੀ ਮੁੰਦਰੀ ਬੋਲਦੀ ਹੈ, ਕਿਸੇ ਦੇ ਛੱਲੇ ਬੋਲਦੇ ਨੇ, ਕਿਸੇ 'ਚ ਫੈਂਸੀ ਬੋਲਦੀ ਹੈ, ਕਿਸੇ 'ਚ ਟੀਕੇ ਬੋਲਦੇ ਨੇ, ਕਈ ਖਾ ਕੇ ਬੋਲਦੇ ਨੇ, ਕਈ ਪੀ ਕੇ ਬੋਲਦੇ ਨੇ। ਨਾ ਮਸਜਿਦ ਬੋਲਦੀ ਹੈ, ਨਾ ਮੰਦਰ ਬੋਲਦੇ ਨੇ, ਇਹ ਤਾਂ ਜਿਹੜੇ ਨਫ਼ਰਤ ਦੇ ਬੀ ਸਾਡੇ ਅੰਦਰ ਬੋਲਦੇ ਨੇ। ਦਾਜ ਕਰਕੇ ਸਾੜੀ ਗਈ ਭੈਣ ਬੋਲਦੀ ਹੈ, ਜਨਮ ਤੋਂ ਪਹਿਲਾਂ ਮਾਰੀ ਗਈ ਧੀ ਬੋਲਦੀ ਹੈ, ਪਰ ਕਿਸੇ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਵਿਚਾਰੀ ਕੀ ਬੋਲਦੀ ਹੈ। ਜੇ ਸੁਣ ਸਕਦੇ ਹੋ ਤਾਂ ਸੁਣ ਲਓ, ਜੁਗ ਨੂੰ ਆਪੇ ਤੋਂ ਹੋ ਕੇ ਬਾਹਰ ਬੋਲਦਾ ਹੈ। ਓਏ ਮੈਂ ਨਹੀਂ ਬੋਲਦਾ, ਓਏ ਲੋਕੋ ਮੈਂ ਨਹੀਂ ਬੋਲਦਾ, ਮੇਰੇ 'ਚ ਤੁਹਾਡਾ ਪਿਆਰ ਬੋਲਦਾ। ਕਿਉਂ ਮੰਨਦਾ ਨਾ ਫਿਰ ਆਪਣੀ ਗੱਲ ਚੱਲ ਰਹੀ ਸੀ ਸਾਹਿਬ, ਇੱਕ ਗੱਲ ਪੁੱਛਣੀ ਸੀ। ਹਾਂ, ਤੁਸੀਂ ਦੋਵੇਂ ਸਕੇ ਭਰਾ ਹੋ? ਨਹੀਂ। ਅੱਛਾ, ਥੋੜਾ ਮੌਕਾ ਮੈਨੂੰ ਵੀ ਦੇ ਬੋਲਣ ਦਾ। ਵਾਹਿਗੁਰੂ ਵਾਹਿਗੁਰੂ, ਹੁਣ ਤਾਂ ਜ਼ਮਾਨਾ ਆ ਗਿਆ, ਲੋਕਾਂ ਨੂੰ ਆਪਣੀ ਬੇਇੱਜ਼ਤੀ ਕਰਾਉਣ ਵਾਸਤੇ ਵੀ ਟਾਈਮ ਮੰਗਣਾ ਪੈਂਦਾ। ਆ ਜਾ ਭਾਈ, ਕਰਾ ਲਾ ਬੇਇੱਜ਼ਤੀ। ਮੇਰਾ ਮਤਲਬ ਬੈਠੋ ਰਾਂਝਾ ਜੀ, ਤੁਸੀਂ ਵੀ ਬੋਲੋ ਬੋਲੋ। ਦੇਖ ਜੁਗਨੂ, ਇੱਕ ਗੱਲ ਤਾਂ ਹੋ ਗਈ ਸੀ ਕਲੀਅਰ। ਕਿਹੜੀ? ਵੀ ਤੇਰੇ ਪਿੰਡ ਦੇ ਸਕੂਲ ਦੇ ਵਿੱਚ ਕੁੱਟ ਬਹੁਤ ਪੈਂਦੀ ਸੀ, ਤੂੰ ਸ਼ਰਾਰਤਾਂ ਬਹੁਤ ਕਰਦਾ ਸੀ, ਇਸ ਕਰਕੇ ਤੇਰਾ ਉੱਥੋਂ ਨਾਂ ਕੱਟਤਾ ਤੇ ਘਰੇ ਤੈਨੂੰ ਭੇਜਤਾ। ਹਾਂ, ਮੈਨੂੰ ਐਂ ਦੱਸੇਗਾ ਉਸ ਤੋਂ ਬਾਅਦ ਆਪ ਜੀ ਦੀ ਵਿੱਦਿਆ ਵਿਚਾਰੀ ਪਰਉਪਕਾਰੀ ਦਾ ਕੀ ਬਣਿਆ? ਉਹ ਇਹੀ ਤਾਂ ਫਿਰ ਪਿੰਡਾਂ ਦੇ ਬੱਚਿਆਂ ਨੂੰ ਫਾਇਦਾ ਹੁੰਦਾ। ਕਾਹਦਾ ਬਈ? ਜੇ ਬਾਪੂ ਵਾਲੇ ਨੇ ਤਾਂ ਬੇਬੇ ਵਾਲਾ ਤਾਂ ਪੱਕਾ ਹੀ ਹੁੰਦਾ। ਬਾਪੂ ਵਾਲਾ ਬੇਬੇ ਵਾਲਾ
ਮੈਂ ਸਮਝਿਆ ਨਹੀਂ ਬਈ। ਮੈਂ ਸਮਝਾਉਣਾ, ਮੇਰਾ ਮਤਲਬ ਇਹ ਹੈ ਕਿ ਜੇ ਆਪਣੇ ਪਿੰਡ ਵਾਲੇ ਸਕੂਲ 'ਚ ਕੋਈ 19 ਕੀ ਗੱਲ ਹੋ ਜੇ, ਨਾਂ ਵਗੈਰਾ ਕੱਟਿਆ ਜਾਵੇ, ਫਿਰ ਨਾਨਕਿਆਂ ਵਾਲੇ ਸਕੂਲ 'ਚ ਦਾਖਲਾ ਤਾਂ ਵੱਟ 'ਤੇ ਹੀ ਪਿਆ ਹੁੰਦਾ। ਅੱਛਾ ਅੱਛਾ, ਇਹਦਾ ਮਤਲਬ ਫਿਰ ਵੀ ਆਪ ਜੀ ਉਚੇਰੀ ਸਿੱਖਿਆ ਦੇ ਲਈ ਨਾਨਕੇ ਸਕੂਲ ਦੇ ਵਿੱਚ ਚਲੇ ਗਏ। ਹਾਂਜੀ। ਅੱਛਾ ਮੈਨੂੰ ਐਂ ਦੱਸੇਗਾ, ਨਾਨਕੇ ਸਕੂਲ ਦੇ ਵਿੱਚ ਆਪ ਜੀ ਨੂੰ ਕਿਹੜੇ ਕਿਹੜੇ ਵਜ਼ੀਫੇ ਲੱਗੇ? ਇੱਕ ਵਜ਼ੀਫਾ? ਉਹ ਮੈਨੂੰ ਤਾਂ ਹਰ ਇੱਕ ਪੀੜ ਦੇ ਵਿੱਚ ਵਜ਼ੀਫਾ ਲੱਗਦਾ ਸੀ। ਕਿਵੇਂ ਬਈ? ਸਾਡੀ ਪਹਿਲੀ ਕੰਟੀ ਸਾਇੰਸ ਦੀ। ਅੱਛਾ, ਤੇ ਸਾਇੰਸ ਵਾਲੇ ਟੀਚਰ ਜਿੰਦਲ ਸਾਹਿਬ? ਫੇਰ ਬਈ ਆਪਾਂ ਲਾਤੇ ਜਿੰਦੇ। ਕਲਾਸ 10 ਜੈ ਹਿੰਦ। ਠੀਕ ਹੈ ਠੀਕ ਹੈ, ਓਏ ਭੇਜੋ ਭੇਜੋ ਭੇਜੋ। ਲੈ ਵੀ ਪਹਿਲੇ ਆਪਾਂ ਲੈ ਲਈਏ ਹਾਜ਼ਰੀ। ਹੈ ਬਈ, ਰੋਲ ਨੰਬਰ 1 ਮਹਿੰਦਰਪਾਲ, ਰੋਲ ਨੰਬਰ 2 ਜਸ਼ਵੰਤ ਰਾਏ, ਰੋਲ ਨੰਬਰ 3 ਰਜਿੰਦਰ ਕਾਲਾ। ਆਇਆ ਨੀ। ਰੋਲ ਨੰਬਰ 4 ਜਗਰਾਜ ਸਿੰਘ, ਰੋਲ ਨੰਬਰ 5 ਪ੍ਰੇਮ ਕੁਮਾਰ, ਇਹ ਵੀ ਨਹੀਂ ਆਇਆ। ਰੋਲ ਨੰਬਰ 6 ਬਲਜੀਤ ਕੌਰ, ਰੋਲ ਨੰਬਰ 7 ਸੁਨੀਲ ਲਤਾ, ਰੋਲ ਨੰਬਰ 8 ਨਵਨੀਤ ਸਿੰਘ। ਤੁਸੀਂ ਦੱਸੋ, ਓਏ ਤੁਸੀਂ ਕਦੋਂ ਨਹੀਂ ਬੋਲੇ? ਤੁਹਾਡਾ ਕਿਹੜਾ ਰੋਲ ਨੰਬਰ ਹੈ? ਮਾੜੀ ਮੈਂ ਸਾਂ ਜੀ, ਅਸੀਂ ਕਿਉਂ ਨਹੀਂ ਬੋਲੇ ਜੀ? ਇਹ ਜਿਹੜੇ ਜਗਰਾਜ ਹੋ ਰਹੀ ਨਾ ਜੀ, ਇਹ ਤਾਂ ਜੀ 8ਵੀਂ ਵਾਲੇ ਨੇ, ਅਸੀਂ ਤਾਂ 6ਵੀਂ ਵਾਲੇ ਹਾਂ। ਓਏ ਠੀਕ ਹੈ ਠੀਕ ਹੈ, ਓਏ ਗਲਤ ਰੇਟਰ ਚੱਕ ਲਏ ਮਾੜੀ। ਚੁੱਪ, ਬਦਤਮੀਜ਼ ਬੇਵਕੂਫ, ਗਲਤੀ ਲੱਗ ਜਾਂਦੀ ਹੈ। ਹੁਣ ਆਪਾਂ ਕਰਦੇ ਹਾਂ ਪੜ੍ਹਾਈ, ਤੁਹਾਡੀ ਹਾਜ਼ਰੀ ਲਵਾਂਗੇ ਫਿਰ। ਹੈਂ, ਹੁਣ ਪਹਿਲਾਂ ਕਰੀਏ ਆਪਾਂ ਪੜ੍ਹਾਈ ਦੀ ਗੱਲ। ਅੱਜ ਆਪਾਂ ਪੜ੍ਹਾਂਗੇ ਸੂਰਜ ਅਤੇ ਚੰਦ ਬਾਰੇ। ਤੂੰ ਖੜਾ ਹੋਵੇ ਢਿੱਲੀ ਜੁੜੀ, ਖੜਾਓ ਖੜਾਓ ਖੜਾਓ। ਤੂੰ ਦੱਸ ਵੀ ਗ੍ਰਹਿਣ ਕਿਹਨੂੰ ਕਹਿੰਦੇ ਨੇ? ਗ੍ਰਹਿਣ ਜੀ? ਹਾਂ ਗ੍ਰਹਿਣ ਜੀ, ਮੇਰੇ ਬਾਪੂ ਬਚਿੱਤਰ ਸਿੰਘ ਨੂੰ ਕਹਿੰਦੇ ਆ। ਬਦਤਮੀਜ਼ ਬੇਵਕੂਫ, ਬਚਿੱਤਰ ਸਿੰਘ ਨੂੰ? ਹਾਂਜੀ। ਕਿਵੇਂ? ਉਹ ਜੀ, ਜਦੋਂ ਮੇਰੀ ਬੇਬੇ ਮੇਰੇ ਬਾਪੂ ਨਾਲ ਲੜਦੀ ਹੁੰਦੀ ਹੈ ਨਾ ਜੀ, ਫਿਰ ਉਹ ਕਹਿੰਦੀ ਹੁੰਦੀ ਹੈ, ਵੇ ਕੰਜਰਾ ਵੇ ਨਪੁੱਤਿਆ ਵੇ, ਤੂੰ ਸਾਨੂੰ ਕਿੱਥੋਂ ਗ੍ਰਹਿਣ ਲੱਗ ਗਿਆ? ਓਏ ਤੂੰ ਬੇਵਕੂਫ, ਤੂੰ ਕੰਨ ਫੜ ਕੰਨ ਫੜ, ਮੈਂ ਤੈਨੂੰ ਦੱਸਾਂ। ਫਿਰ ਕੰਨ ਚੱਲ ਛੱਡ ਦੇ, ਕੱਲ੍ਹ ਨੂੰ ਯਾਦ ਕਰਕੇ ਹੀ ਮੈਂ ਤੈਨੂੰ ਦੱਸਾਂ, ਕੱਲ੍ਹ ਨੂੰ ਨਹੀਂ ਤੈਨੂੰ ਬਖਸ਼ਣਾ। ਮਾਸਟਰ ਜੀ, ਮੈਥੋਂ ਨਹੀਂ ਕੱਲ੍ਹ ਨੂੰ ਯਾਦ ਆਉਣਾ ਹੈ, ਤੁਸੀਂ ਅੱਜ ਹੀ ਕੰਨ ਫੜਾ ਲਓ, ਨਾਲੇ ਅੱਧੇ ਕੰਨ ਤਾਂ ਮੈਂ ਫਾੜ ਹੀ ਲਏ ਸੀ। ਓ ਤੂੰ ਛੱਡਦੇ, ਓਏ ਛੱਡਦੇ, ਮੈਨੂੰ ਤਰਛ ਆ ਜਾਂਦਾ, ਮੈਂ ਤੈਨੂੰ ਦੱਸਾਂ, ਛੱਡ ਦੇ ਤਰਛ ਆਉਂਦਾ ਮੈਨੂੰ। ਮਾੜ ਜੀ, ਇਹਦਾ ਦਰਸ ਨਾ ਕਰੋ ਜੀ, ਇਹਦੇ ਲਾਓ ਜੀ, ਹਾਂ ਪਹੁੰਚ ਲੈ ਕੇ ਆਈ। ਤੇਰੇ ਦੇਖ ਲਾਂਗੇ ਨੰਬਰ ਕਿੰਨੇ ਆਉਂਦੇ ਆ। ਜਿੱਥੇ ਮਰਜ਼ੀ ਆ ਜੀ ਤੂੰ, ਆ ਮੈਂ ਤੈਨੂੰ ਸਾਂ ਵੱਡਾ ਹੋ ਗਿਆ। ਓ ਤੁਸੀਂ ਚੁੱਪ ਨਹੀਂ ਕਰਦੇ ਮਾੜ ਜੀ, ਨਲਾਇਕ ਆ, ਸਾਇੰਸ ਦਾ ਕੁਛ ਵੀ। ਖੜਾਓ, ਤੂੰ ਖੜਾਓ, ਤੂੰ ਤੂੰ ਖੜਾ ਹੋਏ, ਤੂੰ ਖੜਾਓ। ਫਸ ਗਿਆ ਹੁਣ, ਚੁੱਪ, ਤੂੰ ਸਿੱਧਾ ਖੜਾਓ ਖੰਬੇ ਵਾਂਗੂ। ਖੰਬੇ ਵਾਂਗੂ ਜੀ? ਖੰਬਾ ਐਂ ਖੜਾ ਹੁੰਦਾ ਹੋਵੇ? ਮਾੜ ਜੀ, ਜਿਹੜਾ ਸਾਡੇ ਘਰ ਮੂਹਰੇ ਖੰਬਾ ਜੀ, ਉਹ ਹਨੇਰੀ ਨਾਲ ਨਾ ਐਂ ਜੇ ਹੋ ਗਿਆ ਜੀ। ਚੁੱਪ ਕਰ ਬਦਤਮੀਜ਼। ਹਾਂ ਹੁਣ ਤੂੰ ਦੱਸ, ਚੰਦ ਅਤੇ ਸੂਰਜ ਵਿੱਚੋਂ ਆਪਣੇ ਲਈ ਕਿਹੜਾ ਫਾਇਦੇਮੰਦ ਹੈ? ਚੰਦ ਅਤੇ ਸੂਰਜ 'ਚੋਂ ਆਪਣੇ ਲਈ ਕਿਹੜਾ ਫਾਇਦੇਮੰਦ ਹੈ? ਮਾੜ ਜਾ, ਮੇਰਾ ਚੂੰਡੀ ਵੱਢਦਾ ਜੀ। ਇਹਨੇ ਵੀ ਮੇਰੇ ਕੱਲ੍ਹ ਦੰਦੀ ਵੱਢੀ, ਮੈਂ ਸਾਹ ਦੰਦੀ ਵੱਢਿਆ ਮੇਰੇ ਕੋਲ। ਬੈਠ ਜਾ, ਤੁਸੀਂ ਤੁਸੀਂ ਬੈਠਦੇ ਨਹੀਂ, ਬੰਦੇ ਨਹੀਂ ਮੰਨਦੇ ਤੁਸੀਂ। ਮਾੜ ਜੀ, ਮੈਨੂੰ ਛੇੜਦਾ ਜੀ, ਰੋਜ਼ ਛੇੜਦਾ ਮੈਨੂੰ। ਚੁੱਪ ਕਰ ਤੂੰ ਬਦਤਮੀਜ਼। ਹਾਂ ਤੂੰ ਦੱਸ, ਤੈਨੂੰ ਨਾਲੇ ਨੇ ਮੇਰੇ ਕੱਲ ਮੇਰੇ ਕਨੀ ਅੱਖ ਮਾਰੀ ਦੀ। ਮੈਂ ਇੰਨਾ ਸੌ ਮੁੰਡਾ, ਜਿਹਨੂੰ ਮਰਜ਼ੀ ਪੁੱਛ ਲਓ ਜੀ। ਹਾਂ ਦੱਸ, ਓਏ ਸੂਰਜ ਅਤੇ ਚੰਦ ਵਿੱਚੋਂ ਆਪਣੇ ਲਈ ਕਿਹੜਾ ਜ਼ਿਆਦਾ ਫਾਇਦੇਮੰਦ ਹੈ? ਤੂੰ ਉਹਦਾ ਜਵਾਬ ਦੇ ਬਸ ਸਿੱਧਾ ਸਿੱਧਾ। ਚੰਦ ਅਤੇ ਸੂਰਜ 'ਚੋਂ ਹੀ
ਮੈਨੂੰ ਲੱਗਦਾ ਮਾਸਟਰ ਜੀ ਆਪਣੇ ਵਾਸਤੇ ਚੰਦ ਫਾਇਦੇਮੰਦ ਹੈ ਜੀ। ਓਏ ਬੇਵਕੂਫ ਬਦਤਮੀਜ਼ ਛਾਪੇ, ਤੂੰ ਐਂ ਦੱਸ ਹੈਂ, ਸੂਰਜ ਦਿੰਦਾ ਆਪਾਂ ਨੂੰ ਰੋਸ਼ਨੀ, ਕਿੰਨੇ ਪ੍ਰਕਾਰ ਦੇ ਤੱਤ ਦਿੰਦਾ, ਫਿਰ ਦੱਸ ਆਪਣੇ ਲਈ ਚੰਦ ਕਿਵੇਂ ਫਾਇਦੇਮੰਦ ਹੋਇਆ ਤੂੰ ਦੱਸ। ਮਾੜੀ ਜੀ ਇਸੇ ਕਰਕੇ ਚੰਦ ਫਾਇਦੇਮੰਦ ਆ ਜੀ, ਇਹ ਜਿਹੜਾ ਸੂਰਜ ਹੈ ਨਾ ਜੀ, ਇਹ ਬਹੁਤ ਚਲਾਕ ਬੰਦਾ ਜੀ, ਇਹ ਨਾ ਜੀ ਦਿਨੇ ਚਾਨਣ ਕਰਦਾ ਜੀ, ਸਵਾਲ ਤਾਂ ਜੀ ਇਹ ਚੰਦ ਵਾਂਗੂ ਰਾਤ ਨੂੰ ਚਾਨਣ ਕਰਕੇ ਦਿਖਾਵੇ, ਪਹਿਲੇ ਪਹਿਰ ਨੂੰ ਚੰਦ ਚੜ ਜਾਂਦਾ, ਉਹ ਪਿਛਲੇ ਪਹਿਰ ਨੂੰ ਮਾਰੀ ਤਾਰੇ। ਆ ਜਾ ਪੁੱਤ, ਹਾਂਜੀ ਆ ਜਾ, ਮੈਂ ਦਿਖਾਉਣਾ ਤੈਨੂੰ ਤਾਰੇ। ਕੀ ਹੋ ਗਿਆ? ਹੋਣਾ ਕੀ ਆ ਯਾਰ, ਸਾਇੰਸ ਵਾਲੇ ਮਾਸਟਰ ਜਿੰਦਲ ਸਾਹਿਬ ਨੇ ਜਿਹੜੇ ਮੈਨੂੰ ਤਾਰੇ ਦਿਖਾਏ ਸੀ, ਉਹ ਹਜੇ ਮੈਂ ਗਿਣ ਕੇ ਹੀ ਹਟਿਆ ਸੀ ਕਿ ਅਗਲੀ ਘੰਟੀ ਹਿੰਦੀ ਦੀ। ਹਿੰਦੀ ਦੀ? ਅੱਛਾ ਇਹ ਦੱਸੇਗਾ ਵੀ ਹਿੰਦੀ 'ਚ ਤੇਰਾ ਹੱਥ ਕਿਵੇਂ ਸੀ ਬਈ? ਦੋ ਵਾਰੀ ਠੀਕ ਸੀ। ਕਿਵੇਂ ਠੀਕ ਸੀ? ਮੇਰਾ ਮਤਲਬ ਠੀਕ ਠੀਕ ਸੀ। ਅੱਛਾ ਅੱਛਾ ਅੱਛਾ, ਮੈਨੂੰ ਐਂ ਦੱਸੇਗਾ ਵੀ ਹਿੰਦੀ ਦੇ ਵਿੱਚ ਤੂੰ ਕਿਵੇਂ ਸੀ, ਪੜ੍ਹਨ 'ਚ ਕਿਵੇਂ ਸੀ? ਹਿੰਦੀ ਨਾਲ ਤਾਂ ਮੇਰੀ ਬਚਪਨ ਤੋਂ ਹੀ ਦਫ਼ਾ 144 ਲੱਗ ਗਈ ਸੀ। ਦਫ਼ਾ 144 ਲੱਗ ਗਈ ਸੀ? ਮੈਂ ਸਮਝਿਆ ਨਹੀਂ ਯਾਰ ਕਿਵੇਂ। ਇਹ ਜਿਹੜੀ ਸੰਵਿਧਾਨ ਦੀ ਧਾਰਾ ਹੁੰਦੀ ਹੈ ਨਾ ਦਫ਼ਾ 144, ਹਾਂ ਇਹ ਉਸ ਇਲਾਕੇ 'ਚ ਲਾਈ ਜਾਂਦੀ ਹੈ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਵੇ, ਠੀਕ ਹੈ ਨਾ, ਹਾਲਾਤ ਠੀਕ ਨਾ ਹੋਣ, ਅਤੇ ਉੱਥੇ ਫਿਰ ਦਫ਼ਾ 144 ਲਾਗੂ ਕਰਕੇ ਇਹ ਆਖ ਦਿੱਤਾ ਜਾਂਦਾ ਹੈ ਕਿ ਇੱਥੇ 5 ਜਾਂ 5 ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ, ਰੈਲੀ ਨਹੀਂ ਕਰ ਸਕਦੇ, ਕੋਈ ਨਾਰਾ ਨਹੀਂ ਲਾ ਸਕਦੇ। ਨਹੀਂ ਉਹ ਤਾਂ ਗੱਲ ਮੈਂ ਸਮਝ ਗਿਆ, ਪਰ ਹਿੰਦੀ ਦੇ ਘੰਟੀ ਨਾਲ 144 ਮੈਨੂੰ ਸਮਝ ਨਹੀਂ ਆਈ ਯਾਰ ਗੱਲ। ਮੇਰਾ ਮਤਲਬ ਇਹ ਹੈ ਕਿ ਬਚਪਨ 'ਚ ਦੂਜੀ ਤੀਜੀ ਕਲਾਸ 'ਚ ਨਾ ਮੇਰੀ ਹਿੰਦੀ ਸੁਣ ਕੇ ਸਾਡੀ ਹਿੰਦੀ ਵਾਲੀ ਭੈਣ ਜੀ ਨੇ ਕਹਿਤਾ ਸੀ ਕਿ ਪੁੱਤ ਜਿੰਨਾ ਮਰਜ਼ੀ ਪੜ੍ਹ ਲਈ ਤੈਨੂੰ ਸਾਰੀ ਉਮਰ ਹਿੰਦੀ 'ਚੋਂ 5 ਜਾਂ 5 ਤੋਂ ਵੱਧ ਨੰਬਰ ਇਕੱਠੇ ਨਹੀਂ ਹੋ ਸਕਦੇ। ਹੋਗੀ ਨਾ ਫਿਰ ਦਫ਼ਾ 144, 144 ਯਾਨੀ ਕਿ ਦਫ਼ਾ 144। ਮੇਰੇ ਜੋ ਹਿੰਦੀ ਕੇ ਸਾਥ ਸੰਬੰਧ ਥੇ ਕੂਟਨੀਤਿਕ, ਵੋ ਅੱਛੇ ਨਹੀਂ ਰਹੇ ਥੇ, ਕਿਉਂਕਿ ਮੁਝੇ ਬਹੁਤ ਕੂਟ ਪੜਤੀ ਥੀ। ਚਲ ਇਹ ਤਾਂ ਗੱਲ ਮੈਂ ਸਮਝ ਗਿਆ ਵੀ ਸੰਬੰਧ ਚੰਗੇ ਨਹੀਂ ਸੀ। ਇਸ ਤੋਂ ਅਗਲੀ ਕਹਾਣੀ ਕੀ ਹੈ ਬਈ? ਅਗਲਾ ਪੀੜ ਸਾਡੀ ਮਾਂ ਬੋਲੀ ਪੰਜਾਬੀ ਦਾ, ਅਤੇ ਪੰਜਾਬੀ ਵਾਲੇ ਸਾਡੇ ਮਾੜੀ ਗਿਆਨੀ ਬਚਨ ਸਿੰਘ। ਉਹਨਾਂ ਤੋਂ ਬਚਿਆ ਫਿਰ? ਨਾ 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 ਨਾ, ਉਹਨਾਂ ਤਾਂ ਰੱਬ ਹੀ ਬਚਾਵੇ। ਹੁਣ ਪੁੱਤ ਆਈ ਪੜ੍ਹਨ ਵੇਲੇ, ਪੜ੍ਹਨ ਵੇਲੇ ਪੁੱਤ ਮੇਰਿਆ ਤੇਰੇ ਚਿੱਤੇ ਤੇ ਨਹੀਂ ਹੁੰਦਾ ਕੁਛ। ਹੈ ਪੁੱਤ ਆਪਾਂ ਤਾਂ ਜਿਵੇਂ ਪੜ੍ਹੇ ਆ ਨਾ ਉਵੇਂ ਹੀ ਪੜ੍ਹਾਵਾਂਗੇ ਤੈਨੂੰ, ਦੱਸਾਂ ਮੈਂ। ਹਾਂ ਬਹਿ ਜਾ। ਮਾਸਟਰ ਜੀ ਮਾਫ਼ ਕਰ ਦਿਓ ਜੀ। ਕੀ ਗੱਲ, ਮਾਫ਼ ਕਰ ਦਿਓ, ਲੱਸੀ ਪਿਆਉਂਦਾ ਰਿਹਾ, ਬਹਿ ਜਾ। ਉਹ ਬਹਿ ਜਾ, ਬੰਦਾ ਬੜਾ ਮੈਂ ਪੁੱਠਾ ਤੈਨੂੰ ਦੱਸਾਂ ਮੈਂ, ਖੜਾ ਹੋਏ ਚੱਲ, ਤੂੰ ਤਾਂ ਬੈਠਾ ਰਹਿ ਬੈਠਾ ਰਹਿ ਬੈਠਾ ਰਹਿ, ਪਰਸੋਂ ਚਾਹ 'ਚ ਮਿੱਠਾ ਘੱਟਤੀ, ਖਿਆਲ ਰੱਖਿਆ ਕਰੋ। ਤੂੰ ਖੜਾ ਹੋਏ, ਉਹ ਖੜਾ ਹੋ, ਸਿੱਧੂਆਂ ਦੋ ਤਾਂ ਤੂੰ ਹੋਏ? ਹਾਂਜੀ। ਅੱਛਾ ਸਿੱਧੂਆਂ ਦੋ ਤਾਂ, ਚੱਲ ਪੁੱਤ ਮੇਰੇ ਆ, ਤੂੰ ਮੈਨੂੰ ਖੈਰ ਜਾਣਦਾ ਨਹੀਂ, ਨਾ ਮੇਰਾ ਗਿਆਨੀ ਬਚਨ ਸਿੰਘ ਬਚਦਾ ਮੇਰੇ ਤੋਂ ਕੋਈ ਕੋਈ ਆ, ਬੰਦਾ ਮੈਂ ਬਹੁਤ ਪੁੱਠਾ, ਤੂੰ ਮੈਨੂੰ ਐਂ ਕਰ ਅਰਜੀ ਸੁਣਾ ਦੇ ਫੀਸ ਮਾਫ਼ੀ ਦੀ ਅਰਜੀ। ਮਾਸਟਰ ਜੀ ਫੀਸ ਮਾਫ਼ੀ ਦੀ ਅਰਜੀ ਜੀ? ਹਾਂ। ਇਹ ਅੱਧੀ ਫੀਸ ਦੀ ਜਾਂ ਪੂਰੀ ਦੀ ਜੀ? ਉਹ ਜਿਹੜੀ ਮਰਜ਼ੀ ਸੁਣਾ ਪਰ ਅਰਜੀ ਸੁਣਾ, ਅਰਜੀ ਸੁਣਾ ਦਿੰਦਾ ਜੀ। ਸੇਵਾ ਵਿਖੇ ਕੌਮਾਂ, ਸ਼ਾਬਾਸ਼, ਥੱਲੇ ਲੈਣ 'ਚ ਫਿਰ ਕੌਮਾਂ ਜੀ, ਉਦੋਂ ਥੱਲੇ ਲੈਣ 'ਚ ਫਿਰ ਕੌਮਾਂ ਜੀ, ਉਦੋਂ ਥੱਲੇ 'ਚ ਡੰਡੀ, ਉਦੋਂ ਬਾਅਦ ਜੀ ਇੱਕ ਕੌਮਾ, ਫਿਰ ਉਦੋਂ ਬਾਅਦ ਦੋ ਕੌਮੇ ਇਕੱਠੇ ਜੀ, ਫਿਰ ਇੱਕ ਡੰਡੀ, ਫਿਰ ਦੋ ਕੌਮੇ ਇੱਕ ਡੰਡੀ, ਫਿਰ ਇੱਕ ਕੌਮਾ ਦੋ ਡੰਡੀਆਂ ਜੀ, ਤੁਹਾਡਾ ਆਗਿਆਕਾਰ ਕੌਮਾ ਜੀ, ਰੋਡ ਨੰਬਰ 15 ਡੰਡੀ। ਓਏ ਗੱਲ ਸੁਣੋ ਮੇਰੀ, ਆਹ ਸੇਵਾ ਵੇਖਣ ਤੋਂ ਬਾਅਦ ਕੌਮੇ ਡੰਡੀਆਂ, ਕੌਮੇ ਡੰਡੀਆਂ ਆਈ ਜਾਂਦੀਆਂ ਨੇ, ਉਹ ਵਿਚਾਲਾ ਮਟੀਰੀਅਲ ਕਿੱਥੇ ਗਿਆ ਓਏ? ਮਾਸਟਰ ਜੀ ਅਜੇ ਨਾ ਜੀ ਕੌਮੇ ਡੰਡੀਆਂ ਯਾਦ ਕੀਤੇ ਨੇ ਜੀ, ਵਿੱਚੋਂ ਹਜੇ ਇਹ ਭਰਨੀ ਹੈ ਜੀ। ਐਂ ਕਰ ਪੁੱਤ ਮੇਰਿਆ, ਇਹਨੂੰ ਛੇਤੀ ਛੇਤੀ ਭਰ ਲੈ, ਤੂੰ ਮੈਨੂੰ ਜਾਣਦਾ ਨਹੀਂ, ਬੰਦਾ ਮੈਂ ਬੜਾ ਪੁੱਠਾ,
ਇਹਨੂੰ ਮੈਂ ਸਿੱਧੂਆਂ ਦੇ ਦੋਹਤੇ ਕਰਕੇ ਛੱਡ ਦੇਣਾ ਤੈਨੂੰ ਦੱਸਾਂ ਮੈਂ। ਹਾਂ ਭਾਈਆ ਭਾਈਆ ਠੀਕ ਹੈ ਜੀ। ਹਾਂ ਖੜਾ ਹੋਏ ਉਹ ਢਿੱਲੀ ਜੁੜੀ, ਖੜਾ ਹੋ ਖੜਾ ਹੋ। ਜਾਣ ਦਿਆ ਦੁਸ਼ਮਣਾ ਤੇਰੇ ਮੈਂ ਕੱਸਦਾ ਪੇਚ ਪੁੱਤਾਂ 'ਚ। ਮੈਨੂੰ ਐਂ ਦੱਸ ਪੰਜਾਬ ਦੀ ਰਾਜਧਾਨੀ ਕਿਹੜੀ ਆ? ਪੰਜਾਬ ਦੀ ਰਾਜਧਾਨੀ ਪੰਜਾਬ ਦੀ ਪੁੱਛਿਆ, ਬਿਹਾਰ ਦੀ ਨਹੀਂ। ਰਾਜਧਾਨੀ ਪੰਜਾਬ ਪੰਜਾਬ ਦੀ ਜੀ ਮੋਗਾ। ਕਿਹੜੀ ਆ ਪੁੱਤ? ਮੋਗਾ। ਹੱਥ ਕੱਢ। ਕਿਹੜੀ ਰਾਜਧਾਨੀ ਆ? ਮੋਗਾ। ਕਿਹੜੀ ਰਾਜਧਾਨੀ ਆ? ਜਗਰਾਓ। ਕਿਹੜੀ ਰਾਜਧਾਨੀ ਆ? ਲੁਧਿਆਣਾ। ਕਿਹੜੀ ਰਾਜਧਾਨੀ ਆ? ਮੈਟਰ ਜੀ ਹੁਣ ਤਾਂ ਛੱਡ ਦਿਓ। ਹੈਂ ਆਏ ਕਿਵੇਂ ਛੱਡ ਦਿਓ ਪੁੱਤ, ਆਏ ਕਿਵੇਂ ਛੱਡ ਦਿਓ? ਹਾਲੇ ਤਾਂ ਲੁਧਿਆਣਾ ਆਇਆ, ਜਿੰਨੀ ਦੇਰ ਤੈਨੂੰ ਚੰਡੀਗੜ੍ਹ ਨਹੀਂ ਲੈ ਕੇ ਜਾਂਦਾ, ਚੰਡੀਗੜ੍ਹ ਦੇ ਅੱਡੇ 'ਤੇ ਤੈਨੂੰ ਉਤਾਰਦਾ ਨਹੀਂ, ਉੱਨੀ ਦੇਰ ਕਿਵੇਂ ਛੱਡ ਦੂੰ? ਕਿਵੇਂ ਛੱਡ ਦੂੰ? ਰਾਜਧਾਨੀ ਦਾ ਅੱਗੇ ਰੌਲਾ ਚੱਲਦਾ, ਤੂੰ ਮੋਗੇ ਨੂੰ ਰਾਜਧਾਨੀ ਬਣਾਈ ਜਾਂਦਾ। ਬਹਿ ਜਾ, ਉਹ ਬਹਿ ਜਾ। ਮੈਂ ਤਾਂ ਬਚਦਾ ਨਹੀਂ ਹੁੰਦਾ ਕੋਈ, ਖੜਾ ਹੋਏ ਘਰ ਬੈਠਾ ਰਹਿ, ਘਰ ਬੈਠਾ ਰਹਿ, ਬੈਠਾ ਰਹਿ। ਓਏ ਕੱਲ੍ਹ ਸਾਗ 'ਚ ਲੂਣ ਘੱਟ ਤੀ ਬੇਬੇ ਨੂੰ ਕਹੀਂ, ਪੁੱਤ ਲੂਣ ਨਾਲ ਚੈੱਕ ਕਰਕੇ ਭੇਜਿਆ ਕਰੇ। ਖੜਾ ਹੋ ਜਾ, ਜਾਣ ਦਿਆ ਦੁਸ਼ਮਣੋ। ਹਾਂ ਐਂ ਕਰ ਪੁੱਤ, ਜਿਹੜਾ ਕੁਛ ਮੈਂ ਪੁੱਛੂਗਾ ਨਾ ਮੈਨੂੰ ਠੀਕ ਠੀਕ ਦੱਸੀ, ਬੰਦਾ ਮੈਂ ਬਹੁਤ ਹੀ ਪੁੱਠਾ ਤੈਨੂੰ ਦੱਸਾਂ ਮੈਂ। ਹੈਂ ਜੇ ਤੂੰ ਅੱਜ ਕੁਛ ਗਲਤ ਦੱਸਿਆ ਫਿਰ ਜਦਾਂ ਮੈਂ ਨਹੀਂ ਜਾਂ ਤੂੰ ਨਹੀਂ ਫਿਰ। ਮਤਲਬ ਮਾਸਟਰ ਜੀ ਤੁਸੀਂ ਨਹੀਂ? ਕੀ ਮਤਲਬ ਆ ਓਏ? ਮੇਰਾ ਮਤਲਬ ਕੁਛ ਨਹੀਂ ਜੀ, ਕੁਛ ਨਹੀਂ। ਕੋਈ ਨਾ ਪੁੱਤ, ਬੰਦਾ ਬਣ ਜਾ, ਤੈਨੂੰ ਫੌਜੀ ਦੇ ਭਾਣਜੇ ਕਰਕੇ ਛੱਡਦਾ ਨਾ, ਤੇਰੇ ਮਾਮੇ ਨਾਲ ਮੇਰੀ ਚੰਗੀ ਲਿਹਾ ਜਾ। ਹਾਂ ਲੈ ਤੂੰ ਮੈਨੂੰ ਲਾਲਚੀ ਕੁੱਤੇ ਦੀ ਕਹਾਣੀ ਸੁਣਾ ਦੇ। ਗ੍ਰੀਡੀ ਡੌਗੀ। ਓਏ 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 ਪੰਜਾਬੀ ਆਉਂਦੀ ਨਹੀਂ, ਅੰਗਰੇਜ਼ੀ ਨੂੰ ਮੂੰਹ ਮਾਰਦੇ। ਕੋਈ ਨਹੀਂ ਮੈਂ ਸੁਣਾ ਦਿੰਦਾ ਜੀ। ਮਾਸਟਰ ਜੀ ਕੁੱਤਾ ਇੱਕ ਸੀ ਜੀ, ਉਹ ਨਾ ਜੀ ਉਹਨੂੰ ਭੁੱਖ ਲੱਗੀ ਜੀ, ਕੁੱਤਾ ਸੀ ਨੌਨ ਵੈਜੀਟੇਰੀਅਨ। ਓਏ ਓਏ ਫੇਰ ਅੰਗਰੇਜ਼ੀ! ਮਤਲਬ ਜੀ ਉਹ ਮੀਟ ਮੂਟ ਖਾ ਲੈਂਦਾ ਸੀ ਝਟਕਾ ਝੁਟਕਾ ਜੀ, ਅਤੇ ਉਹਨੂੰ ਜੀ ਭੁੱਖ ਜਦੋਂ ਲੱਗੀ ਜੀ ਉਹ ਗਿਆ ਜੀ ਮੀਟ ਦੀ ਦੁਕਾਨ 'ਤੇ, ਉਹਨਾਂ ਜੀ ਮਾਸਟਰ ਜੀ ਚੋਰੀਓਂ ਇੱਕ ਨਾ ਮੀਟ ਦਾ ਟੁਕੜਾ ਚੱਕ ਲਿਆ ਜੀ, ਇੱਕ ਬੋਟੀ ਚੱਕ ਲਈ। ਉਹ ਕੁੱਤੇ ਨੇ ਸੋਚਿਆ ਚਲੋ ਹੁਣ ਮੀਟ ਦੀ ਬੋਟੀ ਤਾਂ ਚੱਕ ਹੀ ਲਈ, ਸ਼ਹਿਰ 'ਚ ਭੀੜ ਜੀ ਹੈ, ਸ਼ਹਿਰ ਦੇ ਬਾਹਰ ਜਾ ਕੇ ਨਾ ਨਹਿਰ ਦੇ ਕਿਨਾਰੇ ਬਹਿ ਕੇ ਵਧੀਆ ਫਨ ਸ਼ਨ ਜਿਹਾ ਕਰਕੇ ਖਾਵਾਂਗੇ ਜੀ। ਜਾਂਦੇ ਜਾਂਦੇ ਮਾਸਟਰ ਜੀ ਕੁੱਤੇ ਨੇ ਠੇਕੇ ਤੋਂ ਵਧੀਆ ਲੈ ਲਿਆ ਜੀ। ਵਧੀਆ ਕਿੱਥੋਂ ਆ ਗਿਆ ਹੋਵੇ? ਉਸੇ ਠੇਕੇ ਤੋਂ ਜਿੱਥੋਂ ਸਕੂਲ 'ਚ ਛੁੱਟੀ ਹੋਣ ਤੋਂ ਬਾਅਦ ਤੁਸੀਂ ਲੈਂਦੇ ਹੁੰਦੇ ਜੀ। ਠੀਕ ਹੈ ਠੀਕ ਹੈ, ਅੱਗੇ ਸੁਣਾ। ਉਹ ਮਾਸਟਰ ਜੀ ਕੁੱਤਾ ਨਹਿਰ 'ਤੇ ਪਹੁੰਚ ਗਿਆ ਜੀ, ਉਹਨੇ ਜਦੋਂ ਪਾਣੀ 'ਚ ਆਪਣਾ ਪਰਛਾਵਾਂ ਦੇਖਿਆ ਜੀ, ਉਹ ਪਰਛਾਵੇਂ ਕੋਲ ਵੀ ਇੱਕ ਅਧੀਆ ਅਤੇ ਇੱਕ ਮੀਟ ਦੀ ਬੋਟੀ ਸੀ। ਉਹ ਕੁੱਤਾ ਲਾਲਚ 'ਚ ਆ ਗਿਆ ਜੀ, ਉਹਨੇ ਸੋਚਿਆ ਚਲੋ ਇਹਦੇ ਤੋਂ ਨਾ ਅਧੀਆ ਅਤੇ ਮੀਟ ਦੀ ਬੋਟੀ ਖੋਲ ਲੈਂਦੇ ਹਾਂ, ਰੋਟੀ ਖਾਣ ਜੋਗੇ ਹੋ ਜਾਂਗੇ ਜੀ। ਉਹ ਉਹਨੂੰ ਭੌਂਕਣ ਲੱਗ ਗਿਆ ਜੀ, ਜਦੋਂ ਉਹ ਭੌਂਕਿਆ ਨਾ ਜੀ ਉਹਦਾ ਪਾਣੀ 'ਚ ਆਪਦਾ ਮੀਟ ਅਤੇ ਅਧੀਆ ਡਿੱਗ ਪਿਆ ਜੀ, ਉਹ ਕੁੱਤੇ ਦਾ ਸਾਰਾ ਮਨੋਰੰਜਨ ਖਰਾਬ ਹੋ ਗਿਆ ਜੀ। ਮਨੋਰੰਜਨ ਖਰਾਬ ਹੋ ਗਿਆ? ਹਾਂਜੀ। ਪੁੱਤ ਮੇਰਿਆ ਲਿਹਾਜ਼ 'ਤੇ ਵੀ ਪਾਣੀ ਫੇਰਤਾ, ਤੂੰ ਕਹਾਣੀ ਸੁਣਾਈ ਨੀ ਓਏ, ਕਹਾਣੀ ਪਾਤੀ ਮੇਰੇ ਅੱਗੇ। ਹਾਂਜੀ ਹੁਣ ਦੱਸ ਦੇ ਸਾਨੂੰ ਸਾਰਿਆਂ ਨੂੰ ਵੀ ਤੂੰ ਸਿੱਖਿਆ ਕੀ ਮਿਲਦੀ ਹੈ? ਇਹੀ ਸਿੱਖਿਆ ਮਿਲਦੀ ਹੈ ਮਾਸਟਰ ਜੀ ਵੀ ਜਿਹੜਾ ਚੋਰੀ ਦਾ ਮਾਲ ਹੈ ਜੀ ਉਹ ਛੇਤੀ ਹਜ਼ਮ ਕਰ ਲੈਣਾ ਚਾਹੀਦਾ ਜੀ, ਲੰਬੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਜੀ। ਆ ਜਗਨੂੰ, ਸਕੂਲ ਦੀ ਗੱਲ ਚੱਲੀ ਹੈ, ਲੱਗਦੇ ਹੱਥ ਯਾਰ ਨਕਲ ਦੀ ਗੱਲ ਵੀ ਕਰ ਲਈ। ਕਰ ਲੈ। ਅੱਜ ਕੱਲ੍ਹ ਨਕਲ ਬਹੁਤ ਜ਼ਿਆਦਾ ਵੱਧ ਗਈ ਯਾਰ। ਹਾਂ ਯਾਰ, ਕੁੜੀਆਂ ਜੀਨਾਂ ਪਾ ਪਾ ਕੇ ਮੁੰਡਿਆਂ ਦੀ ਨਕਲ ਕਰੀ ਜਾਂਦੀਆਂ ਨੇ, ਤੇ ਮੁੰਡੇ ਗੁੱਤਾ ਰੱਖ ਰੱਖ ਕੇ ਕੁੜੀਆਂ ਦੀ ਨਕਲ ਕਰੀਆਂ ਨੇ, ਚਾਰੇ ਪਾਸੇ ਨਕਲੀ ਨਕਲ। ਨਹੀਂ ਨਹੀਂ, ਮੈਂ ਉਸ ਨਕਲ ਦੀ ਗੱਲ ਨਹੀਂ ਕਰਦਾ, ਮੈਂ ਗੱਲ ਕਰਦਾ ਪੇਪਰਾਂ ਵਾਲੀ ਨਕਲ ਦੀ, ਖਾਸ ਤੌਰ ਤੇ ਬੋਰਡ ਦੇ ਪੇਪਰਾਂ ਦੀ ਨਕਲ। ਓਏ ਰਾਂਝਿਆ, ਵਕਤ ਦਿਆਂ ਮਾਂਝਿਆ, ਧੀਆਂ ਭੈਣਾਂ ਦਾ ਸਾਂਝਿਆ, ਇਹ ਬੋਰਡ ਦੇ ਪੇਪਰਾਂ ਦਾ ਨਕਲ ਕਰਕੇ ਹੀ ਨਾਂ ਰੱਖਿਆ ਬੋਰਡ ਦੇ ਪੇਪਰ। ਕਿਵੇਂ? ਜਿਹੜੇ ਪੇਪਰਾਂ ਦੇ ਵਿੱਚ ਸਵਾਲਾਂ ਦੇ ਜਵਾਬ ਬਲੈਕ ਬੋਰਡ 'ਤੇ ਲਿਖ ਕੇ ਕਰਾ ਦਿੱਤੇ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਬੋਰਡ ਦੇ ਪੇਪਰ। ਠੀਕ ਹੈ, ਮੈਂ ਸਮਝ ਗਿਆ। ਅੱਛਾ ਮੈਨੂੰ ਇੱਕ ਗੱਲ ਦੱਸੀਗਾ, ਤੂੰ ਕਦੇ ਨਕਲ ਕੀਤੀ ਹੈ ਬਈ? ਨਕਲ? ਓ ਮੈਂ ਤਾਂ ਸੁੱਕੇ ਗੰਨਿਆਂ 'ਚੋਂ ਰਸ ਕੱਢਿਆ ਹੋਇਆ, ਸੁੱਕੇ ਗੰਨਿਆਂ 'ਚੋਂ।
ਸੁੱਕੇ ਗੰਨਿਆਂ 'ਚ ਰਸ ਕੱਢਿਆ ਹੋਇਆ। ਹਾਂ ਕਿਵੇਂ ਬਈ? ਇੱਕ ਵਾਰੀ 10ਵੇਂ ਦੇ ਪੇਪਰਾਂ ਦੀ ਗੱਲ ਹੈ। ਇੱਕ ਮਿੰਟ, ਇੱਕ ਵਾਰੀ ਤਾਂ ਕੀ ਮਤਲਬ ਆਇਆ? 10ਵੇਂ ਪੇਪਰ ਕਈ ਵਾਰੀ ਦਿੱਤੇ ਨੇ। ਮੇਰਾ ਮਤਲਬ 10ਵੇਂ ਦੇ ਪੇਪਰਾਂ ਦੀ ਗੱਲ ਹੈ। ਮੇਰੇ ਅੱਗੇ ਜਿਹੜਾ ਸਟੂਡੈਂਟ ਬੈਠਾ ਸੀ, ਜਮਾਂ ਸੁਪਰ ਨਲਾਇਕ, ਤੂੰ ਲਾਲਾ ਸਾਹਿਬ ਵੀ ਤੈਥੋਂ ਵੀ ਨਲਾਇਕ ਸੀ ਯਾਰ, ਹੈਂ? ਤੇ ਪਰ ਮੈਂ ਉਹਦੀ ਵੀ ਨਕਲ ਕੀਤੀ। ਗੱਲ ਸੁਣ ਮੇਰੀ, ਜਿਹੜਾ ਯਾਰ ਆਪ ਨਲਾਇਕ ਸੀ ਉਹਦੀ ਨਕਲ ਤੂੰ ਕਿਵੇਂ ਕਰ ਲਈ? ਬਈ ਸਵਾਲ ਸੀ ਪੇਪਰ ਦੇ ਵਿੱਚ ਕਿ ਹੇਠ ਲਿਖਿਆਂ 'ਚੋਂ ਸਹੀ ਜਾਂ ਗਲਤ 'ਤੇ ਨਿਸ਼ਾਨੀਆਂ ਲਾਓ, ਅਤੇ ਮੈਨੂੰ ਸਵਾਲ ਆਉਂਦਾ ਨਹੀਂ ਸੀ, ਮੈਂ ਉਹਦੀ ਨਕਲ ਕਰਨ ਲੱਗ ਗਿਆ। ਹਾਂ, ਉਹ ਜੇ ਗਲਤ ਨਿਸ਼ਾਨੀ ਲਾਉਣਾ ਸੀ ਮੈਂ ਸਹੀ 'ਤੇ ਲਾਉਂਦਾ ਸੀ, ਜੇ ਉਹ ਸਹੀ 'ਤੇ ਨਿਸ਼ਾਨੀ ਲਾਉਣਾ ਸੀ ਮੈਂ ਗਲਤ। ਇਹ ਨਕਲ ਕਿਵੇਂ ਕਰ ਲਈ ਯਾਰ? ਮੈਨੂੰ ਸਮਝ ਨਹੀਂ ਲੱਗੀ ਯਾਰ। ਕਿਉਂਕਿ ਮੈਨੂੰ ਪਤਾ ਸੀ ਕਿ ਉਸ ਬੰਦੇ ਨੇ ਤਾਂ ਸਾਰੀ ਜ਼ਿੰਦਗੀ ਕਦੇ ਸਹੀ ਜਵਾਬ ਦਿੱਤਾ ਹੀ ਨਹੀਂ। ਮੈਂ ਕਿਹਾ ਵੀ ਇਹਦੇ ਸਵਾਲ ਸਾਰੇ ਗਲਤ ਹੋਣੇ, ਆਪਾਂ ਉਹਦੇ ਉਲਟ ਜਵਾਬ ਦੇ ਕੇ ਉਹਦੇ ਨਾਲੋਂ ਵੱਧ ਨੰਬਰ ਲੈ ਕੇ ਪਾਸ ਹੋ। ਮੰਨ ਗਏ ਵੀ ਤੈਨੂੰ ਮੰਨ ਗਏ, ਮੈਨੂੰ ਜੁਗ ਨੂੰ ਪੱਕੀ ਗੱਲ ਹੈ, ਜਿਹੜੀ ਨਕਲ ਹੈ ਨਾ ਉਹ ਵੀ ਅਕਲ ਦੇ ਨਾਲ ਵੱਜਦੀ। ਬਿਲਕੁਲ ਸਹੀ ਗੱਲ, ਬਿਲਕੁਲ। ਯਾਰ ਸਾਡੇ 10ਵੇਂ ਪੇਪਰ ਚੱਲਦੇ ਸੀ। ਤੈਂ ਵੀ 10ਵੀਂ ਕੀਤੀ ਹੈ? ਗੱਲ ਤਾਂ ਸੁਣਨਾ ਯਾਰ। ਅੱਛਾ, ਸਾਡੇ ਚੱਲਦੇ ਸੀ ਪੇਪਰ ਤਾਂ ਸੈਂਟਰ ਦੇ ਵਿੱਚੋਂ ਦੇਖ ਲੈ ਇੱਕ ਮੁੰਡੇ ਕੋਲੇ ਨਾ ਸਾਰੀਆਂ ਪਰਚੀਆਂ ਪਹੁੰਚ ਗਈਆਂ। ਅੱਛਾ, ਗਾਈਡ 'ਚੋਂ ਪੱਟ ਕੇ? ਮੈਂ ਕਹਿੰਦਾ ਗਾਈਡ 'ਚੋਂ ਪੱਟ ਕੇ ਇਕੱਲਾ ਇਕੱਲਾ ਪ੍ਰਸ਼ਨ, ਇਕੱਲਾ ਇਕੱਲਾ ਕੁਐਸਚਨ ਉਹਦੇ ਕੋਲੇ ਪਹੁੰਚਾਤਾ। ਅੱਛਾ, ਪਰ ਮਾਂ ਦਾ ਪੁੱਤ ਜਦੋਂ ਪੇਪਰ ਦੇ ਕੇ ਬਾਹਰ ਆਇਆ ਨਾ, ਫਿਰ ਕੀ ਹੋਇਆ ਦੇਖ ਲੈ ਸਾਹਮਣੇ। ਆ ਵੀ ਹਰਦੇਵ, ਪੱਟ ਦੀਆਂ ਫਿਰ ਪੇਪਰ ਵਾਲੀਆਂ ਧੂੜਾਂ? ਉਹ ਕਾਹਦੀਆਂ ਧੂੜਾਂ ਯਾਰ, ਮੈਂ ਤਾਂ 30 ਨੰਬਰਾਂ ਦੇ ਕਰਕੇ ਆਇਆ। ਓਏ 30 ਨੰਬਰ ਦਾ? ਓਏ 90 ਨੰਬਰ ਦੀਆਂ ਤਾਂ ਤੈਨੂੰ ਪਰਚੀਆਂ ਭੇਜੀਆਂ ਨੇ। ਉਹ ਮੈਂ ਕੀ ਕਰਦਾ, ਮੈਨੂੰ ਟਾਈਮ ਹੀ ਨਹੀਂ ਮਿਲਿਆ। ਲੈ ਦੱਸ, ਟਾਈਮ ਨਹੀਂ ਮਿਲਿਆ? ਉਹ ਇੰਨਾ ਟਾਈਮ ਲਿਖਣ ਤੇ? ਉਹ ਲਿਖਣ ਤੇ ਕਾਹਦਾ ਟਾਈਮ ਲੱਗਦਾ ਹੈ? ਉਹ ਜਿਹੜਾ ਵੈਰੀ ਇੰਪੋਰਟੈਂਟ ਵਾਲਾ ਹੱਥ ਜਿਹਾ ਹੁੰਦਾ ਹੈ, ਹਾਂ ਹਾਂ, ਉਹ ਸਾਰਾ ਦਾ ਟਾਈਮ ਉਹਨੂੰ ਛਾਪਣ ਦੀ ਲੱਗਦਾ ਰਿਹਾ। ਦੇਖਿਆ, ਲਾਤੀ ਨਾ ਸਿਰੇ ਫਿਰ। ਇਹ ਕਿਹੜਾ ਸਿਰਾ ਹੈ? ਅਸਲੀ ਸਿਰਾ ਤਾਂ ਜੇ ਪਿਆ ਹੈ। ਕਿਹੜਾ ਸਿਰਾ ਬਈ? ਭੋਲੇ ਕਾ ਟਿੱਡਾ। ਉਹ ਕਿਵੇਂ? ਉਹਦੇ 10ਵੇਂ ਦੇ ਪੇਪਰ ਸੀ ਤੇ ਮਾਂ ਦਾ ਪੁੱਤ 3 ਸਵਾਲਾਂ ਦੇ ਜਵਾਬ ਬਾਂਹ ਤੇ ਲਿਖ ਕੇ ਲੈ ਗਿਆ। ਅੱਛਾ ਅੱਛਾ, ਕੀ ਫਲਾਇੰਗ ਆ ਗਈ, ਛਾਪਾ ਪੈ ਗਿਆ ਤੇ ਉਹ ਤੇ ਕੇਸ ਬਣ ਗਿਆ। ਫਿਰ ਕੀ ਹੋਇਆ? ਉਹਨੇ ਆਪਣੇ ਬਾਪੂ ਨਾਲ ਗੱਲ ਕੀਤੀ, ਬਾਪੂ ਨੇ MLA ਸਾਹਿਬ ਨਾਲ ਤੇ MLA ਸਾਹਿਬ ਨੇ ਬੋਰਡ ਦੇ ਚੇਅਰਮੈਨ ਨਾਲ। ਉਹ ਕੀ ਕਹਿੰਦੇ? ਚੇਅਰਮੈਨ ਸਾਹਿਬ ਕਹਿੰਦੇ ਵੀ ਦੇਖੋ ਹੁਣ ਕੇਸ ਪੈ ਗਿਆ, ਹੁਣ ਤਾਂ ਪੇਸ਼ੀ ਪਊਗੀ। ਇਹ ਮੁੰਡਾ ਪਹਿਲੀ ਪੇਸ਼ੀ ਤੇ ਆਵੇ ਤੇ ਮੈਨੂੰ ਗੱਲਾਂ 3 ਕਹਿ ਦੇ, ਮੈਂ ਇਹਨੂੰ ਪਹਿਲੀ ਪੇਸ਼ੀ ਤੇ ਬਰੀ ਕਰ ਦੂੰਗਾ। ਕਿਹੜੀਆਂ ਕਿਹੜੀਆਂ ਬਈ? ਪਹਿਲੀ ਗੱਲ ਤਾਂ ਇਹ ਕਿ ਜੋ ਬਾਂਹ ਤੇ ਲਿਖਿਆ ਹੋਇਆ ਸੀ ਉਹ ਕੱਲ੍ਹ ਮੈਂ ਪੇਪਰਾਂ ਦੀ ਤਿਆਰੀ ਕਰਨ ਵੇਲੇ ਲਿਖਿਆ ਸੀ ਜੀ, ਮੈਂ ਮਿਟਾਉਣਾ ਭੁੱਲ ਗਿਆ। ਨੰਬਰ 2 ਤੇ ਉਹਦੇ ਵਿੱਚੋਂ ਕੁਝ ਪੇਪਰਾਂ ਦੇ ਵਿੱਚ ਆਇਆ ਵੀ ਨਹੀਂ ਜੀ। ਨੰਬਰ 3 ਤੇ ਜੇ ਮੰਨ ਲਈ ਆਇਆ ਵੀ ਹੈ ਤਾਂ ਉਹ ਸਮਝ ਨਹੀਂ ਆ ਰਿਹਾ ਸੀ, ਐਵੇਂ ਸਿਆਹੀ ਦੇ ਸ਼ੱਕ ਜਿਹੇ 'ਚ ਮੈਨੂੰ ਫੜ ਲਿਆ ਗਿਆ। ਟਿੱਡਾ ਪੇਸ਼ੀ ਤੇ ਗਿਆ ਤੇ ਉਹਨੂੰ ਬਰੀ ਕਰਤਾ? ਬਰੀ ਕਿਉਂ? ਟਿੱਡੇ ਤੇ ਬੋਰਡ ਵਾਲਿਆਂ ਨੇ ਇੱਕ ਹੋਰ ਕੇਸ ਪਾਤਾ। ਕਿਉਂ ਬਈ? ਜਿਹੜੀਆਂ 3 ਗੱਲਾਂ ਕਹਿਣੀਆਂ ਸੀ ਉਹ ਵੀ ਟਿੱਡਾ ਬਾਂਹ ਤੇ ਲਿਖ ਕੇ ਲੈ ਕੇ ਗਿਆ ਸੀ। ਕਰ ਲੈ ਗੱਲ ਯਾਰ, ਸਿਰੇ ਹੀ ਲਾਤੀ। ਮੈਂ ਕਹਿੰਦਾ ਇਹ ਬੰਦੇ ਨੇ ਵੀ ਬਸ ਅੱਜ ਕੱਲ੍ਹ ਤਾਂ ਨਕਲ ਦੇ ਤਰੀਕੇ ਵੀ ਬਦਲ ਗਏ। ਤਰੀਕੇ ਕਿਹੜੇ ਹਿਸਾਬ ਨਾਲ ਬਦਲ ਗਏ ਵੀ? ਪਹਿਲਾਂ ਲੋਕੀ ਪੱਗਾਂ 'ਚ ਪਰਚੀਆਂ ਪਾਉਂਦੇ ਹੁੰਦੇ, ਕਦੇ ਜੁਰਾਬਾਂ 'ਚ ਪਰਚੀਆਂ ਪਾਉਂਦੇ, ਠੀਕ ਹੈ ਨਾ, ਕਦੇ ਨੇਫਿਆਂ 'ਚ ਪਰਚੀਆਂ ਪਾਉਂਦੇ, ਤੇ ਹੁਣ ਉਹ ਤੋਂ ਬਾਅਦ ਪੇਜਰਾਂ 'ਤੇ ਵੀ ਟਰਾਈ ਕਰ ਲਈ, ਫਿਰ ਮੋਬਾਈਲ ਫੋਨਾਂ 'ਤੇ ਵੀ ਨਕਲ ਦੀ ਟਰਾਈ ਕਰ ਹਟੇ, ਪਰ ਜਦੋਂ ਸਾਰੇ ਤਰੀਕੇ ਫੇਲ ਹੋਏ ਫਿਰ ਆਖਰੀ ਹਥਿਆਰ ਕੰਮ ਆਇਆ। ਉਹ ਕਿਹੜਾ ਬਈ? ਭੋਲਾ ਸਪੀਕਰ ਵਾਲਾ। ਭੋਲਾ ਸਪੀਕਰ ਵਾਲਾ? ਹਾਂ। ਕਿਵੇਂ? ਕਿਸੇ ਸੈਂਟਰ ਦੇ ਵਿੱਚ, ਕਿਸੇ ਸਕੂਲ ਦੇ ਵਿੱਚ 10ਵੇਂ ਦੇ ਪੇਪਰ ਚੱਲ ਰਹੇ ਸੀ, ਬਿਲਕੁਲ ਸਕੂਲ ਦੇ ਬਾਹਰ ਸੜਕ ਤੋਂ ਪਰਲੇ ਪਾਸੇ ਮਾਰਕੀਟ 'ਚ ਲੋਕਾਂ ਨੇ ਭੋਲੇ ਸਪੀਕਰ ਵਾਲੇ ਦਾ ਸਪੀਕਰ ਮੰਗਾਇਆ ਤੇ ਟੈਂਟ ਲਾ ਕੇ, ਮੈਂ ਕਹਿੰਦਾ ਸਟੂਡੈਂਟਾਂ ਨੂੰ ਨਾ 10ਵੇਂ ਦਾ ਪੇਪਰ ਸਪੀਕਰ ਦੇ ਵਿੱਚ ਬੋਲ ਬੋਲ ਕੇ ਹੱਲ ਕਰਵਾਇਆ। ਕਿਵੇਂ? ਲਿਖ ਦੇਖ ਚੱਕ ਹਵਾ ਚੱਕ ਹਵਾ ਹਾਂਜੀ, ਇਹ 10ਵੇਂ ਦੇ ਸਮਾਜਿਕ ਸਿੱਖਿਆ ਦੇ
ਪੇਪਰ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਦਾ ਇਹ 100 ਨੰਬਰ ਦਾ ਪੇਪਰ ਹੈ ਅਤੇ 3 ਘੰਟੇ ਦਾ ਪੇਪਰ, ਆਪਾਂ ਇਹਦੀ ਨਕਲ 1.5 ਘੰਟੇ 'ਚ ਕਰਾ ਦਿਆਂਗੇ। ਤਾਂ ਪੇਪਰ ਸਾਡੇ ਕੋਲ ਪਹੁੰਚ ਚੁੱਕਿਆ, ਪਰਚੀਆਂ 'ਤੇ ਮੁੰਡੇ ਸਾਰੇ ਲੱਗੇ ਹੋਏ ਨੇ। ਆਪਣੀਆਂ ਜਿਹੜੀਆਂ ਪਰਚੀਆਂ ਤੁਸੀਂ ਲਿਆਏ ਹੋ ਉਹਨਾਂ ਨੂੰ ਸੁੱਟ ਦਿਓ ਜਾਂ ਚੱਬ ਜਾਓ, ਖਾ ਜਾਓ, ਇੱਧਰੋਂ ਹੀ ਕਰਾ ਦਿਆਂਗੇ ਸਾਰਾ ਕੁਛ। ਸਾਨੂੰ ਲੱਭ ਗਿਆ ਸਾਰਾ ਕੁਛ, ਗਾਈਡਾਂ ਸਾਡੇ ਕੋਲ ਹੈਗੀਆਂ। ਸੋ ਆ ਕਿਹੜੇ ਸਵਾਲ ਪਹਿਲੇ ਸਵਾਲ ਦਾ ਜਵਾਬ, ਹਾਂ ਪਹਿਲੇ ਸਵਾਲ ਦਾ ਜਵਾਬ ਲਿਖੋ, ਭਾਰਤ ਕਦੋਂ ਆਜ਼ਾਦ ਹੋਇਆ? 15 ਅਗਸਤ 1947। 15 ਅਗਸਤ 1947 ਭੋਲੇ, ਥੋੜ੍ਹੀ ਆਵਾਜ਼ ਚੱਕ ਦੇ ਥੋੜ੍ਹੀ ਹੋ ਜਾ। ਹਾਂਜੀ ਠੀਕ ਆ, ਲਿਖੋ ਦੂਜਾ ਸਵਾਲ। ਦੂਜਾ ਮੇਰਾ ਮੈਨੂੰ ਪਤਾ ਕਰਨਾ ਵਿੱਚ ਰੋਲਣਾ। ਦੂਜੇ ਸਵਾਲ ਦਾ ਜਵਾਬ ਹੈ, ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ। ਦੂਆ ਛੀਕਾ ਇਹ ਲਿਖਣਾ ਤੁਸੀਂ, 26 ਜਨਵਰੀ 1950। ਅਗਲਾ ਹੈ ਭਾਰਤ ਦੀ ਰਾਜਧਾਨੀ, ਇਹ ਦਿੱਲੀ ਨਹੀਂ ਲਿਖਣਾ, ਇਹ ਨਵੀਂ ਦਿੱਲੀ ਲਿਖਣਾ। ਚਲੋ ਭਾਈ ਸਾਹਿਬ, ਚਲੋ ਅੱਗੇ ਚਲੋ, ਕੀ ਦੇਖਦੇ ਹੋ, ਹੈ ਕਦੇ ਨਕਲ ਨਹੀਂ ਦੇਖੀ? ਦੁਬਾਰਾ ਬੋਲਦੇ ਨਾ, ਟ੍ਰੈਫਿਕ ਕਰਕੇ ਪ੍ਰੋਬਲਮ ਆ ਗਈ ਸੀ, ਨਵੀਂ ਦਿੱਲੀ ਹੋ ਗਿਆ। ਠੀਕ ਹੈ ਜੀ, ਵੱਡਾ ਅਗਲੇ ਸਵਾਲ ਦਾ ਜਵਾਬ ਥੋੜ੍ਹਾ ਲੰਬਾ ਹੈ, ਮੈਂ ਹੌਲੀ ਬੋਲੂੰਗਾ ਪਰ ਫਿਰ ਵੀ ਦੁਬਾਰਾ ਬੋਲ ਦੂੰਗਾ, ਲਿਖਦੇ ਜਾਇਓ। ਹਾਂ ਜੇ ਨਾ ਸਮਝ ਆਵੇ ਹੱਥ ਖੜਾ ਕਰ ਦਿਓ, ਮੈਂ ਉੱਥੋਂ ਦੁਬਾਰਾ ਬੋਲ ਦੂੰਗਾ। ਲਿਖ ਰਹੇ ਹੋ? ਠੀਕ ਹੈ। ਸਭ ਤੋਂ ਪਹਿਲਾਂ ਅੰਗਰੇਜ਼ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਲੈ ਕੇ ਆਏ। ਈਸਟ ਇੰਡੀਆ ਪਾਣੀ ਨਹੀਂ ਹੈ, ਇਹ ਪਾਣੀ ਨਹੀਂ ਲਿਖਣਾ, ਈਸਟ ਇੰਡੀਆ ਇਕੱਲੀ। ਹਾਂ ਕਲੇ ਗੈਰ ਚੋਂ ਪਟਵਾ ਲਾਉਣਾ, ਈਸਟ ਇੰਡੀਆ। ਉਹ ਤੋਂ ਬਾਅਦ 1857 ਦੇ ਵਿੱਚ ਪਹਿਲਾ ਵਿਦਰੋਹ ਹੋਇਆ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ। ਪਾਣੀ ਕਿੱਥੇ ਭੁੱਲੇ, ਪਾਣੀ ਕਾਮਾਗਾਟਾ ਮਾਰੂ। ਹਾਂਜੀ ਪਟ ਲਓ ਸਾਰੇ ਯਾਰ, ਕੰਮ ਵਿਹਲੇ ਬੈਠੇ ਹੋ, ਕੰਮ ਕਰ ਲਓ। ਅਤੇ ਸੋਮ ਸਿੰਘ ਭਾਗਨਾ, ਅਤੇ ਉਹ ਤੋਂ ਬਾਅਦ ਭਗਤ ਸਿੰਘ ਨੇ ਅਸੈਂਬਲੀ 'ਚ ਬੰਬ ਸਿੱਟਿਆ। ਭਗਤ ਸਿੰਘ ਲਿਖਣਾ ਬਈ, ਬੌਬੀ ਦਿਓਲ ਜਾਂ ਅਜੇ ਦੇਵਗਨ ਨਹੀਂ ਲਿਖਣੇ, ਭਗਤ ਸਿੰਘ। ਅਤੇ ਉਹ ਤੋਂ ਬਾਅਦ ਜਿਹੜੇ ਹੋਏ ਹਾਲਾਤ, ਉਹਨਾਂ ਦੇ ਵਿੱਚ ਭਗਤ ਸਿੰਘ ਨੂੰ 23 ਮਾਰਚ ਨੂੰ ਫਾਂਸੀ ਦਿੱਤੀ ਗਈ, 23 ਮਾਰਚ 1931। ਉਹ ਛੋਟੇ ਸਵਾਲ ਵਾਲੇ ਪੜਾ, ਛੋਟੇ ਸਵਾਲ ਕਿਹੜੇ? 17ਵੇਂ ਸਵਾਲ ਦਾ ਜਵਾਬ ਲਿਖੋ, ਇਹਦੇ ਵਿੱਚ ਨਿਸ਼ਾਨੀਆਂ ਲਾਉਣੀਆਂ ਨੇ ਸਹੀ ਜਾਂ ਗਲਤ ਤੇ। ਪਹਿਲੇ ਸਵਾਲ 'ਤੇ ਊੜਾ, ਊੜੇ 'ਤੇ ਨਿਸ਼ਾਨੀ ਲਾਓ ਧਿਆਨ ਨਾਲ। ਦੂਜੇ ਦਾ ਜਵਾਬ ਹੈਗਾ ਆੜਾ, ਆੜੇ 'ਤੇ। ਤੀਜੇ ਦਾ ਫਿਰ ਊੜਾ। ਚੌਥੇ ਦਾ ਸੱਸਾ, ਸੱਸੇ 'ਤੇ ਨਿਸ਼ਾਨੀ ਲਾਓ। ਸਾਰਿਆਂ 'ਤੇ ਟਿੱਕ ਮਾਰਕ ਕਰੋ ਸਹੀ ਆਉਣੀਆਂ। 10 ਨੰਬਰ ਦਾ ਸਵਾਲ ਹੈ ਇਹ, ਜਮਾਂ ਪੱਕੇ ਨੰਬਰ ਨੇ, ਵੱਟ 'ਤੇ ਪਏ ਨੇ, ਕਿਤੇ ਨਹੀਂ ਜਾਂਦੇ। ਸੋ ਬਸ ਸਾਰਾ ਕੰਮ ਮੇਰੇ ਖਰਚ ਹੋ ਗਿਆ ਸਾਰਾ। ਬੜਾ ਧੰਨਵਾਦ, ਅੱਜ ਦੇ 100 ਨੰਬਰ ਦੇ ਪੇਪਰ 'ਚੋਂ 85 ਨੰਬਰ ਦਾ ਸਪੀਕਰ 'ਤੇ ਬੋਲਿਆ ਗਿਆ, ਉਹਦੇ ਵਾਸਤੇ ਭੋਲਾ ਸਪੀਕਰ ਵਾਲੇ ਦਾ, ਕਾਲੇ ਹੋਰਾਂ ਦਾ, ਮੇਰਾ ਵੀਰ ਨੀਟਾ, ਜਿਨ੍ਹਾਂ ਨੇ ਤਨੋ ਮਨੋ ਧਨੋ ਆਪਣੀਆਂ ਗੈਡਾਂ ਪੱਟ ਕੇ ਸੇਵਾ ਕੀਤੀ ਹੈ ਨਿਸ਼ਕਾਮ, ਉਹਦੇ ਵਾਸਤੇ ਧੰਨਵਾਦ। ਹੁਣ ਪੇਪਰ 'ਤੇ ਰੋਲ ਨੰਬਰ ਆਪਣਾ ਚੰਗੀ ਤਰ੍ਹਾਂ ਲਿਖ ਕੇ ਸਟਾਫ ਨੂੰ ਫੜਾਉਣਾ ਹੈ, ਅਤੇ ਪਰਸੋਂ ਨੂੰ ਅੰਗਰੇਜ਼ੀ ਦੇ ਪੇਪਰ 'ਚ ਪੂਰੇ 9:30 ਵਜੇ ਜਾਂ 9:40 ਦੇ ਨੇੜੇ ਤੇੜੇ
ਆਪਾਂ ਫਿਰ ਸਪੀਕਰ ਲਾਵਾਂਗੇ, ਅੰਗਰੇਜ਼ੀ ਦਾ ਪੇਪਰ ਤੁਹਾਨੂੰ ਇੱਥੇ ਫਿਰ ਫ੍ਰੀ ਕਰਾਇਆ ਜਾਊਗਾ ਸਪੀਕਰ ਤੋਂ ਬੋਲ ਕੇ। ਸੋ ਉਦੋਂ ਤੱਕ ਲਈ ਵਾਹਿਰ ਖਾਲਸਾ ਵਾਹਿਰ ਕੀ ਫਤਿਹ। ਲੈ ਭੋਲੇ ਪਰਸੋਂ ਨੂੰ ਫਿਰ ਨਾ ਟਾਈਮ 'ਤੇ ਅੱਜ ਵਾਲਾ ਕੰਮ ਨਾ ਹੋ ਜਾਏ ਕਿਤੇ, ਠੀਕ ਹੈ ਨਾ, ਜੇ ਤੂੰ ਘੋਣੇ ਤੋਂ ਬੈਟਰੀ ਨਾ ਲਿਆਉਂਦੇ ਕੰਮ ਹੋਵੇ ਨਾ, ਅਤੇ ਸਾਰਾ ਸਮਾਨ ਲਾਹੌਰ ਪਰ ਕਾਲੇ ਉਹਦੇ ਚੱਕ ਦੂੰ, ਇਹ ਮੈਂ ਖੋਲ ਦੇਣਾ, ਤੂੰ ਤੂੰ ਸਪੀਕਰ ਲਾ ਨੀਟੇ, ਗੈਡਾਂ ਗੁੱਡਾਂ ਚੱਕੋ ਸਾਰੀਆਂ। ਅਸਲ 'ਚ ਜਿਹੜੀ ਅਫਗਾਨਿਸਤਾਨ ਦੀ ਰਾਜਨੀਤੀ ਹੈ ਨਾ, ਉਹਦੀ ਤਾਂ ਮੇਨ ਗੱਲ ਹੀ ਇਹੀ ਸੀ। ਹੈਲੋ, ਬੱਸ ਨਹੀਂ ਆਈ? ਉਹ ਨਹੀਂ ਆਈ ਯਾਰ, ਅਸੀਂ ਤਾਂ ਤੁਰ ਕੇ ਉੱਥੇ ਤੱਕ ਦੇਖੇ, ਬੱਸ ਦਾ ਹੀ ਤਾਂ ਟੰਟ ਹੈ ਸਾਰਾ। ਮੈਂ ਤਾਂ ਤੁਹਾਡੇ ਕੋਲ ਸੌਰੀ ਫੀਲ ਕਰਨ ਆਇਆ ਸੀ। ਕਾਹਦੀ? ਬਈ ਮੈਂ ਮਹਿਸੂਸ ਕੀਤਾ ਵੀ ਮੈਨੂੰ ਤੁਹਾਡੇ ਨਾਲ ਉੱਦਾਂ ਦੇ ਸਵਾਲ ਨਹੀਂ ਸੀ ਪੁੱਛਣੇ ਚਾਹੀਦੇ। ਹਾਂ ਹਾਂ, ਮੈਨੂੰ ਤਾਂ ਇਹ ਪੁੱਛਣਾ ਚਾਹੀਦਾ ਕਿ ਤੁਸੀਂ ਦੋਵੇਂ ਸਕੇ ਭਰਾ ਹੋ। ਓਏ ਨਹੀਂ ਹੈਗੇ ਸਕੇ ਭਰਾ, ਸਾਡਾ ਖੇੜਾ ਛੱਡ ਦੇ ਬਾਬਾ। ਚਲੋ ਨਹੀਂ ਹੈਗੇ, ਫਿਰ ਗੁੱਸਾ ਕਿਉਂ ਕਰਦੇ ਹੋ? ਗੁੱਸਾ? ਓਏ ਓ ਮੇਰੇ ਧੱਕੇ ਨਾ ਚੜ ਜੀ ਕਿਤੇ, ਗੁੱਸਾ ਬਹੁਤ ਭੈੜਾ ਮੇਰਾ, ਤੈਨੂੰ ਦੱਸਾਂ ਮੈਂ। ਸਿਰ ਖਾ ਗਿਆ ਯਾਰ ਸਕੇ ਭਰਾ ਸਕੇ ਭਰਾ। ਅੱਛਾ, ਆਪਾਂ ਗੱਲ ਕਰਦੇ ਸੀ ਅਫਗਾਨਿਸਤਾਨ ਦੀ। ਹਾਂ ਹਾਂ, ਜਦੋਂ ਅਫਗਾਨਿਸਤਾਨ ਦੇ ਵਿੱਚ ਜਗਨੂ ਰਾਜ ਸੀ ਤਾਲਿਬਾਨ ਦਾ, ਯਾਰ ਮੈਂ ਦੇਖਿਆ ਟੀਵੀ ਦੇ ਉੱਤੇ ਨਿੱਕੇ ਨਿੱਕੇ ਬੱਚੇ ਯਾਰ ਬੰਦੂਕਾਂ ਚੱਕੀ ਫਿਰਦੇ ਸੀ, ਪਿਸਤੌਲ ਸਟੇਨ ਗਾਉਣਾ, ਮੈਂ ਕਿਹਾ ਬੜਾ ਬੁਰਾ ਹਾਲ ਸੀ ਯਾਰ। ਉਦੋਂ ਤਾਂ ਉਹ ਸਬਜ਼ੀ ਵਗੈਰਾ ਖਰੀਦਣ ਵੀ ਟੈਂਕ 'ਤੇ ਜਾਂਦੇ ਸੀ। ਯਾਰ ਇੰਨਾ ਮਾੜਾ ਹਾਲ ਸੀ, ਫਿਰ ਉੱਥੇ ਤਾਲਿਬਾਨ, ਉੱਥੇ ਅਫਗਾਨਿਸਤਾਨ ਦੇ ਸਕੂਲਾਂ ਵਿੱਚ ਯਾਰ ਪੜ੍ਹਾਈ ਦਾ ਕੀ ਹਾਲ ਹੋਊਗਾ? ਪੜ੍ਹਾਈ? ਹਾਂ, ਪੜ੍ਹਾਈ ਤਾਂ ਫਿਰ ਉੱਦਾਂ ਹੀ ਹੁੰਦੀ ਹੋਣੀ। ਕਿਵੇਂ? ਟੀਚਰ ਜਾ ਕੇ ਕਲਾਸ 'ਚ ਕਹਿੰਦਾ ਹੋਣਾ ਕਿ ਬੱਚੋ ਕੱਲ੍ਹ ਆਪਾਂ ਟੈਂਕ ਪੜ੍ਹਿਆ, ਅੱਜ ਆਪਾਂ ਬੰਬ ਸਿੱਖਾਂਗੇ, ਇੱਦਾਂ ਕਰੋ ਆਪੋ ਆਪਣੀ AK-47 ਕੱਢੋ, ਅਤੇ ਬੱਚੇ ਸ਼ਿਕਾਇਤਾਂ ਪਤਾ ਕਿਵੇਂ ਲਾਉਂਦੇ ਨੇ? ਮਾੜੀ ਆ ਮੇਰੇ ਕੰਨ 'ਤੇ ਪਿਸਤੌਲ ਲਾਈ ਜਾਂਦਾ ਜੀ, ਮਾਟੀ ਆ ਮੇਰੀ 12 ਬੋਰ ਨਹੀਂ ਮੋੜਦਾ ਜੀ, ਮਹਾਟੀ ਆਣੇ ਮੇਰੇ ਗ੍ਰਨੇਡ 'ਚੋਂ ਪਿੰਨ ਕਰਤਾ ਜੀ। ਸ਼ਰਾਰਤਾਂ ਕਰੋ, ਸ਼ਰਾਰਤਾਂ ਕਰੋ, ਇੱਦਾਂ ਕਰੋ ਆਪੋ ਆਪਣੀ AK-47 ਕੱਢੋ ਅਤੇ ਲਿਖੋ ਤੁਹਾਡੇ ਚਾਚਾ ਜੀ ਨੇ ਤੁਹਾਨੂੰ ਤੁਹਾਡੇ ਜਨਮ ਦਿਨ 'ਤੇ ਤੋਪ ਭੇਜੀ ਹੈ, ਉਹਨੂੰ ਧੰਨਵਾਦ ਦੀ ਅਰਜ਼ੀ ਲਿਖੋ। ਅਤੇ ਮੈਥ ਵਾਲਾ ਟੀਚਰ ਪਤਾ ਕਿਵੇਂ ਪੜ੍ਹਾਉਂਦਾ ਹੁਣ? ਬੱਚਿਓ ਇੱਕ ਬੰਬ 30 ਫੁੱਟ ਦੀ ਉਚਾਈ ਤੋਂ ਸੁੱਟਿਆ ਜਾਂਦਾ ਅਤੇ ਧਰਤੀ 'ਚ ਆ ਕੇ 20 ਫੁੱਟ ਦਾ ਟੋਆ ਪੁੱਟਦਾ, ਦੱਸੋ ਬੰਕਰ ਦੀ ਡੂੰਘਾਈ ਕਿੰਨੀ ਹੋਣੀ ਚਾਹੀਦੀ ਹੈ? ਐਂ ਪੜ੍ਹਾਉਂਦੇ ਹੋਣੇ ਆ। ਵੈਸੇ ਤੇਰੀਆਂ ਗੱਲਾਂ ਤੋਂ ਪਤਾ ਲੱਗਦਾ ਵੀ ਦੁਨੀਆ ਨਾ ਪਰੇ ਤੋਂ ਪਰੇ ਪਰੇ ਪਈ ਹੈ। ਬਈ ਰਾਂਝਿਆ, ਦੁਨੀਆ ਜਿੰਨੀ ਮਰਜ਼ੀ ਪਰੇ ਤੋਂ ਪਰੇ ਪਰੇ ਤੋਂ ਪਰੇ ਹੋਵੇ, ਪਰ ਬੀਬੋ ਭੂਆ ਤੋਂ ਪਰੇ ਕੋਈ ਵੀ ਨਹੀਂ। ਕਿਵੇਂ ਬਈ? ਆ ਪਿੱਛੇ ਜੇ ਬੀਬੋ ਭੂਆ ਕ੍ਰਿਕਟ ਦਾ ਮੈਚ ਦੇਖਣ ਚਲੇ ਗਈ ਮੋਹਾਲੀ। ਬੀਬੋ ਭੂਆ? ਗੁਰਦਾਸ ਮਾਨ ਜੀ ਵੀ ਉਸ ਮੈਚ ਨੂੰ ਦੇਖ ਰਹੇ ਸੀ। ਅੱਛਾ। ਅਤੇ ਰੇਡੀਓ ਦੀ ਕਮੈਂਟਰੀ ਵਾਲੇ ਹੋ ਗਏ ਲੇਟ, ਅਤੇ ਜਾਮ ਜੂਮ 'ਚ ਫਸ ਗਏ ਹੋਣੇ, ਅਤੇ ਕਮੈਂਟਰੀ ਕਰਨ ਨੂੰ ਕੋਈ ਹੈ ਨਾ, ਅਤੇ ਮੈਚ ਸ਼ੁਰੂ ਹੋਣ ਵਾਲਾ। ਅੱਛਾ। ਅਤੇ ਫਿਰ ਪ੍ਰਬੰਧਕਾਂ ਨੇ ਬੀਬੋ ਭੂਆ ਅਤੇ ਗੁਰਦਾਸ ਮਾਨ ਦੀ ਡਿਊਟੀ ਲਾਈ ਕਿ ਕ੍ਰਿਕਟ ਦੇ ਮੈਚ ਦੀ ਕਮੈਂਟਰੀ ਤੁਸੀਂ ਕਰਨੀ ਹੈ। ਬੀਬੋ ਭੂਆ ਨੇ ਕਮੈਂਟਰੀ ਕੀਤੀ? ਹਾਂ। ਕਿਵੇਂ ਬਈ? ਆਪ ਹੀ ਦੇਖ ਲੋ, ਬਾਗਰੂ 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 ਭਾਈ ਚੱਲਣ ਵਾਲਾ, ਜਲਾ ਹੈ ਸਿਆਪਾ ਜਾਂ ਕੀ ਹੈ ਇਹ? ਆ ਗਏ ਭਾਈ ਚਿੱਟ ਕੱਪੜੀਏ ਜੇ, ਆਪਣੇ ਵਾਲੇ 11 ਨੇ ਅਤੇ ਉਹ ਭਾਈ 2 ਨੇ ਲੰਕਾ ਵਾਲੇ, ਉਹਨਾਂ ਦੋਨਾਂ ਦੀਆਂ ਲੱਤਾਂ 'ਤੇ ਪਲਸਤਰ ਜੇ ਬੰਨੇ ਹੋਏ ਨੇ, ਸੱਟ ਸੁੱਟ ਵੱਜੀ ਪਤਾ ਨਹੀਂ ਤਾਂ। ਅਤੇ ਆਪਣੇ ਵਾਲਿਆਂ ਕੋਲ ਭਾਈ ਫਿੰਡ ਹੈ ਬਾਲ, ਅਤੇ ਉਹਨਾਂ ਕੋਲ ਭਾਈ ਥਾਪੇ ਨੇ। ਬਾਗਰੂ ਬਾਗਰੂ ਕੱਠ ਵੇਲਜਾਂ ਹੀ ਕੱਠ ਹੈ ਵੀਰ, ਬਾਗਰੂ ਦੁਨੀਆ ਵੇਲੀ ਤੁਰੀ ਫਿਰਦੀ ਆ। ਆਪਣਾ ਜਿਹੜਾ ਪਕਤਾਨ ਕੀ ਹੈ ਇਹ ਗੋਂਗਲੀ, ਪਤਾ ਨਹੀਂ ਮੈਨੂੰ ਤਾਂ ਨਾਂ ਨਹੀਂ ਆਉਂਦਾ, ਉਹਨੇ ਭਾਈ ਜਿਹੜੀ ਵਾਰ ਜਿਹੜੀ ਇਹ ਦੇਤੀ ਉਹਨੂੰ, ਵੀ ਕਿਹੜਾ ਇਹ ਸ੍ਰੀ ਨਾਥ ਨੂੰ।
ਵਾਹਿਗੁਰੂ 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 ਸ੍ਰੀ ਨਾਥ। ਥੋੜ੍ਹਾ ਜਿਹਾ ਪੁੱਤਿਆਂ ਦਾ ਰੰਗ ਦਾ ਪੱਕਾ ਹੈ, ਨਹੀਂ ਜਮੇ ਬਣਿਆ ਪੁਣਿਆ ਤੁਹਾਡਾ ਫੁੱਫੜ ਹੈ। ਉਹੀ ਕੰਨ, ਉਹੀ ਵਾਲ, ਉਹੀ ਚਾਕਣੀ। ਬੇ ਬੇ ਭਾਈ ਤਾਂ ਭੱਜ ਲਿਆ, ਬੇ ਕਿੱਧਰ ਜਾਣਾ ਬੇ 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 ਆਓ ਮਾਰੀ ਬਗਮੀ ਬੇ ਬਾਲ ਬੇ ਉਹਨੇ ਵੀ ਕੁਕਾਤੀ ਬੇ ਆਓ ਜਾਂਦੀ ਆ ਬੇ ਥਾਪੇ ਜਾਲੇ ਨੇ ਆਓ ਜਾਂਦੇ ਨੇ ਬੇ ਬੇ ਤਿੰਨ ਚਾਰ ਭੱਜੇ ਜਾਂਦੇ ਨੇ ਮਗਰ ਬੇ ਡਿੱਗ ਪਾਂਗੇ ਬੇ ਸੱਟ ਵੱਜੂ ਕੇ ਜਾਂਦੇ ਔਰ ਰੱਸਾ ਜਿਹਾ ਟੱਪ ਗਈ ਭਾਈ ਬੇ ਭਾਈ ਰੱਸਾ ਜਿਹਾ ਟੱਪ ਗਈ ਉਹ ਕਾਲੇ ਜਿਹੇ ਕੋਟ ਵਾਲੇ ਨੇ ਹੱਥ ਨਾਲ ਪੋਚਾ ਜਿਹਾ ਫੇਰਤਾ ਕਹਿੰਦੇ ਚਾਰ ਹੋ ਗਏ ਵਾਹਿਗੁਰੂ 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 ਚੱਲ ਸ਼ਾਬਾਸ਼ ਹਟ ਜਾ ਹੁਣ ਚਾਰ ਹੋ ਗਏ ਬਾਹਰ ਤੋਂ ਗਏ ਕਿਸੇ ਦੇ ਅੱਖ ਮੂੰਹ 'ਚ ਵੱਜੂਗੀ ਕੌਣ ਹਟਦੇ ਨੇ ਉਹ ਹੁਣ ਭਗਤਾਨ ਨੇ ਇਹ ਭਾਈ ਦੇਤੀ ਬਾਲ ਮੱਦੀ ਨੂੰ ਨਹੀਂ ਮੱਦੀ ਕਿਉਂ ਉਹਦਾ ਕੀ ਨਾਂ ਹਰਭਜਨ ਸਿੰਘ ਸਿੱਖਾਂ ਦਾ ਮੁੰਡਾ ਜੂੜਾ ਕਰਿਆ ਹੋਇਆ ਜਮੀ ਬਣਿਆ ਤਣਿਆ ਮੱਦੀ ਹੈ ਉਹੀ ਤੋਰ ਉਹੀ ਬਾਲ ਉਹੀ ਚਾਕਣੀ ਬੇ ਹੁਣ ਤਾਂ ਵਿੰਗਾ ਜਾ ਕੇ ਸਿੜਤੀ ਬੇ ਉਹਨੇ ਵੀ ਤਾਂ ਚੱਕਤੀ ਖੱਬੂ ਜਣਾ ਕਾਲੇ ਜਣੇ ਵਾਹਿਗੁਰੂ ਵਾਹਿਗੁਰੂ ਬੇ ਬੇ ਥੱਲੇ ਤਿੰਨ ਚਾਰ ਖੜੇ ਨੇ ਬੁੱਚਣ ਵਾਸਤੇ ਆਹ ਉੱਚਲੀ ਆਹ ਉੱਚਲੀ ਆਹ ਉੱਚਲੀ ਕਹਿੰਦੇ ਕੈਚ ਹੋ ਗਿਆ ਭਾਈ ਚੱਲ ਹਟ ਜਾਓ ਹੁਣ ਹਟ ਜਾਓ ਉਹ ਤੁਰ ਗਿਆ ਭਾਈ ਉਹ ਤਾਂ ਉਹ ਪਲਸਤਰ ਜਿਹਾ ਵਾਲਾ ਜਿਹੜਾ ਤੁਰ ਗਿਆ ਉਹ ਤਾਂ ਕਿੱਥੇ ਇੱਕ ਹੋਰ ਆ ਗਿਆ ਸਵਾਤ ਜੀ 'ਚੋਂ ਨਿਕਲ ਕੇ ਵੀ ਆਹ ਸਵਾਤ ਜੀ 'ਚ ਪਤਾ ਨਹੀਂ ਕਿੰਨੇ ਕੁ ਬੈਠੇ ਨੇ ਮੈਂ ਵਿਹਲੀ ਹਾਂ ਉਰੇ ਹੈ ਨਾ ਮੇਰੇ ਕੋਲ ਹੋਰ ਕੋਈ ਕੰਮ ਨਹੀਂ ਹੈਗਾ ਹਾਂ ਨਾ ਭਾਈ ਮੈਂ ਤਾਂ ਜਾਂਦੀ ਹਾਂ ਆਹੋ ਮੈਨੂੰ ਹੋਰ ਬਥੇਰੇ ਕੰਮ ਨੇ ਮੈਂ ਨਹੀਂ ਭਾਈ ਹੁਣ ਟਾਈਮ ਲਾਉਂਦੇ ਬੇ ਭਾਈ ਰੇਡੀਓ ਵਾਲਿਓ ਅਬ ਤਾਂ ਗੁਰਦਾਸ ਮਾਨਕ ਨੂੰ ਬੁਲਾ ਲਓ ਮੈਂ ਨਹੀਂ ਹਾਂ ਬੇ ਭਾਈ ਗੁਰਦਾਸ ਮਾਨ ਬੇ ਤੂੰ ਆ ਜਾ ਜਿੱਤ ਲੈ ਜਿੱਤ ਲੈ ਨੀ ਬੇਇੱਜ਼ਤੀ ਕਿੰਨੀ ਕੁ ਹੋਰ ਕਰਾਏਗੀ ਤੂੰ ਮੇਰੇ ਭਾਰਤ ਦੇਸ਼ ਦੀ ਕ੍ਰਿਕਟ ਟੀਮੇ ਮੈਚ ਕਿੰਨੇ ਕੁ ਹੋਰ ਹਰਾਏਗੀ ਤੂੰ ਨੀ ਜਦੋਂ ਤੰਦੂਲਕਰ ਨਾ ਟੀਮ ਦੇ ਵਿੱਚ ਰਹਿਣੇ ਕਿਹਦੇ ਆਸਰੇ ਸੈਂਚਰੀ ਲਾਏਗੀ ਤੂੰ ਜਦ ਵਨਡੇ ਮੈਚ ਲੱਗ ਜਾਵੇ ਕੋਈ ਕਮੈਂਟਰੀ ਵਾਲਾ ਨਾ ਥਿਆਵੇ ਜਦ ਵਨਡੇ ਮੈਚ ਲੱਗ ਜਾਵੇ ਕੋਈ ਕਮੈਂਟਰੀ ਵਾਲਾ ਨਾ ਥਿਆਵੇ ਮਾਈਕ ਮਰ ਜਾਣੇ ਕੋਲ ਆਵੇ ਤਾਂ ਸਮਝੋ ਕੋਈ ਕਹਿੰਦਾ ਇੱਕ ਬਣਾ ਕੋਈ ਕਹਿੰਦਾ ਦੋ ਬਣਾ ਕੋਈ ਕਹਿੰਦਾ ਚੌਕਾ ਲਾ ਕੋਈ ਕਹਿੰਦਾ ਛੱਕਾ ਲਾ ਕੋਈ ਕਹਿੰਦਾ ਪੱਕੇ ਆ ਕੋਈ ਕਹਿੰਦਾ ਖੱਲੀ ਜਾ ਵਿਕਟ ਫੜਾ ਕੋਈ ਕਹਿੰਦਾ ਕੈਚ ਫੜਾ ਫਿਕਸ ਵੀ ਕਰ ਲੈ ਮੈਚ ਬਥੇਰੇ ਸੱਟੇ ਵਾਜਾਂ ਪਾ ਲੈ ਘੇਰੇ ਫਿਕਸ ਵੀ ਕਰ ਲੈ ਮੈਚ ਬਥੇਰੇ ਸੱਟੇ ਵਾਜਾਂ ਪਾ ਲੈ ਘੇਰੇ ਲੋਕੀ ਹੋ ਗਏ ਦੁਖੀ ਬਥੇਰੇ ਕਰ ਲੈ ਹੁਣ ਪਰਵਾਹ ਮੈਚ ਜਿਤਾ ਮੈਚ ਜਿਤਾ ਮੈਚ ਜਿਤਾ ਮੈਚ ਜਿਤਾ ਇੰਡੀਆ ਤੇ ਲੰਕਾ ਦਾ ਮੁਕਾਬਲਾ ਇਹ ਹੁੰਦਾ ਬੋਲਿੰਗ ਕਰਾਉਂਦਾ ਵੀ ਇੰਡੀਆ ਦਾ ਮੁੰਡਾ ਉਹਨੇ ਭੱਜ ਕੇ ਬਾਲ ਕਰਾਈ ਜੈ ਸੂਰੀ ਨੇ ਰੇਲ
ਬਣਾਈ ਮੌਲ ਹਵਾ ਦੇ ਵਿੱਚ ਉਡਾਈ ਤੇ ਲੱਗ ਗਿਆ ਛੱਕਾ ਹਾਂਜੀ ਪਿਆਰੇ ਦਰਸ਼ਕੋ ਅੱਜ ਤੱਕ ਤੁਹਾਡੀ ਮੁਲਾਕਾਤ ਭਾਰਤੀ ਕ੍ਰਿਕਟ ਟੀਮ ਦੇ 11 ਪਲੇਅਰਾਂ 'ਚੋਂ ਕਿਸੇ ਇੱਕ ਪਲੇਅਰ ਨਾਲ ਹੁੰਦੀ ਰਹੀ ਹੈ ਅਸੀਂ ਨਵੀਂ ਰਵਾਇਤ ਤੋਰ ਰਹੇ ਹਾਂ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਭਾਰਤੀ ਕ੍ਰਿਕਟ ਟੀਮ ਦੇ 12ਵੇਂ ਪਲੇਅਰ ਦੇ ਨਾਲ ਆਓ ਉਹਨਾਂ ਨੂੰ ਬੁਲਾਉਂਦੇ ਹਾਂ ਆਓ ਜੀ ਭਾਈ ਸਾਹਿਬ ਆ ਜਾਓ ਵੈਲਕਮ ਇਹ ਨੇ ਉਹ 12ਵੇਂ ਪਲੇਅਰ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਹੋਣ ਜਾ ਰਹੀ ਹੈ ਬੜਾ ਹੀ ਨਾਂ ਇਹਨਾਂ ਦਾ ਬੱਚੇ ਬੱਚੇ ਜ਼ੁਬਾਨ 'ਤੇ ਇਹਨਾਂ ਦਾ ਨਾਂ ਹੈ ਬੜਾ ਨਾਂ ਕਮਾ ਲਿਆ ਇਹਨਾਂ ਨੇ ਇਹ ਨਾਂ ਕਈ ਖਿਡਾਰੀ 100-100 ਟੈਸਟ ਮੈਚ ਖੇਡ ਕੇ ਬਣਾਉਂਦੇ ਨੇ ਇਹਨਾਂ ਨੇ ਸਿਰਫ 100 ਦਿਨਾਂ ਦੇ ਅੰਦਰ ਅੰਦਰ ਉਹ ਨਾਂ ਬਣਾ ਲਿਆ ਬੜੀ ਮਸ਼ਹੂਰ ਹਸਤੀ ਹੋ ਚੁੱਕੇ ਨੇ ਅੱਜ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਇਹ ਸਵਾਲ ਕਰਦੇ ਹਾਂ ਕਿ ਭਾਈ ਸਾਹਿਬ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਜੀ 12th ਮੈਨ ਮਿਨਰਲ ਭਗਵਾਨ ਮੈਨ ਪਾਣੀ ਪੀਓਗੇ ਥੈਂਕ ਯੂ ਸੱਚ ਪਾਣੀ ਤੋਂ ਯਾਦ ਆਇਆ ਤੁਸੀਂ ਸਾਨੂੰ ਇਹ ਦੱਸੋਗੇ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਮੈਚ ਵੀ ਖੇਡੋਗੇ ਜਾਂ ਸਾਰੀ ਉਮਰ ਦੂਜਿਆਂ ਨੂੰ ਪਾਣੀ ਪਿਆਉਂਦੇ ਰਹੋਗੇ ਨਹੀਂ ਜੀ ਅਸਲ 'ਚ 12ਵਾਂ ਪਲੇਅਰ ਬਣਨ ਦੇ ਬੜੇ ਫਾਇਦੇ ਨੇ ਇਸ ਕਰਕੇ ਮੈਂ 12ਵਾਂ ਪਲੇਅਰ ਲੈਣਾ ਚਾਹੁੰਦਾ ਜੀ 12ਵਾਂ ਪਲੇਅਰ ਬਣਨ ਦੇ ਫਾਇਦੇ ਨੇ ਮੈਂ ਸਮਝਿਆ ਨਹੀਂ ਕੁਛ ਦੇਖੋ ਜਦੋਂ ਅਸੀਂ ਜਿੱਤ ਜਾਂਦੇ ਹਾਂ ਟੀਮ ਕੋਈ ਕੱਪ ਜਿੱਤ ਜਾਂਦੀ ਹੈ ਜਾਂ ਕੋਈ ਟੂਰਨਾਮੈਂਟ ਜਿੱਤ ਜਾਂਦੀ ਹੈ ਤਾਂ ਤਾੜੀਆਂ ਫੁੱਲਾਂ ਦੇ ਹਾਰ ਮੈਡਲ ਸਾਰੀ ਟੀਮ ਦੇ ਨਾਲ ਸਾਨੂੰ ਵੀ ਮਿਲਦੇ ਨੇ ਅਤੇ ਜਦੋਂ ਟੀਮ ਮੈਚ ਹਾਰ ਜਾਂਦੀ ਹੈ ਤਾਂ 76 ਇਕੱਲੇ 11 ਨੂੰ ਵੀ ਪੈਂਦੇ ਨੇ ਬੜਾ ਹੀ ਇੰਟੈਲੀਜੈਂਟ ਲੱਗਦੇ ਨੇ ਸਾਨੂੰ ਅਸੀਂ ਇਹਨਾਂ ਨੂੰ ਜ਼ਰੂਰ ਪੁੱਛਣਾ ਚਾਹਾਂਗੇ ਕਿ ਇਹਨਾਂ ਨੂੰ 12ਵਾਂ ਪਲੇਅਰ ਬਣਦੀ ਅਤੇ ਪਾਣੀ ਪਿਉਣ ਦੀ ਪ੍ਰੇਰਨਾ ਕਿੱਥੋਂ ਮਿਲੀ ਦੱਸੋਗੇ ਅਸਲ 'ਚ ਮੈਂ ਬਚਪਨ ਤੋਂ ਹੀ ਨਲਾਇਕ ਸੀ ਜੀ ਅਤੇ ਮੈਂ ਜਦੋਂ ਸਕੂਲ 'ਚ ਪੜ੍ਹਦਾ ਸੀ ਤਾਂ ਮੈਂ ਹੋਮਵਰਕ ਤਾਂ ਕਰਕੇ ਨਹੀਂ ਜਾਂਦਾ ਸੀ ਇਸ ਕਰਕੇ ਟੀਚਰ ਮੈਥੋਂ ਅਕਸਰ ਹੀ ਨਾਰਾਜ਼ ਰਹਿੰਦੇ ਸੀ ਸੋ ਉਹ ਮੈਨੂੰ ਕਹਿੰਦੇ ਸੀ ਕਿ ਤੂੰ ਇੱਦਾਂ ਕਰ ਪਾਣੀ ਲੈ ਕੇ ਆ ਕੋਈ ਕਹਿੰਦਾ ਸੀ ਰੋਟੀ ਲੈ ਕੇ ਆ ਕੋਈ ਕਹਿੰਦਾ ਸੀ ਘਰੋਂ ਲੱਸੀ ਲੈ ਕੇ ਆ ਸੋ ਮੈਨੂੰ ਬਚਪਨ ਤੋਂ ਹੀ ਇਹ ਆਦਤ ਪੈ ਗਈ ਸੀ ਕਿ ਮੈਂ ਲੋਕਾਂ ਵਾਸਤੇ ਪਾਣੀ ਦੁੱਧ ਲੱਸੀ ਰੋਟੀ ਪਾਣੀ ਢੋਣ ਲੱਗ ਗਿਆ ਸੀ ਸੋ ਉਹ ਤੋਂ ਬਾਅਦ ਸਿਲੈਕਟਰਾਂ ਨੇ ਮੇਰੇ ਵਿੱਚ ਇਹ ਕਲਾ ਦੇਖੀ ਕਿ ਮੈਂ ਵਧੀਆ ਪਾਣੀ ਪੀ ਸਕਦਾ ਅਤੇ ਮੈਨੂੰ ਉਹਨਾਂ ਨੇ ਇਹ ਮੌਕਾ ਦਿੱਤਾ ਜੀ ਅਤੇ ਇਸ ਤਰ੍ਹਾਂ ਤੁਸੀਂ 12ਵੇਂ ਪਲੇਅਰ ਬਣ ਗਏ ਮਾਨ ਸਾਹਿਬ ਪਰ ਇੱਕ ਗੱਲ ਤਾਂ ਤੁਸੀਂ ਮੰਨੋਗੇ ਕਿ 12ਵਾਂ ਪਲੇਅਰ ਬਣਨ ਦੇ ਬੜੇ ਨੁਕਸਾਨ ਨੇ ਕਾਹਦਾ ਨੁਕਸਾਨ ਜੀ ਨੁਕਸਾਨ ਇਸ ਤਰ੍ਹਾਂ ਕਿ ਅੱਜ ਕੱਲ੍ਹ ਜੋ ਮੈਚ ਫਿਕਸਿੰਗ ਚੱਲ ਰਹੀ ਹੈ ਖਿਡਾਰੀ ਮੈਚ ਫਿਕਸ ਕਰਦੇ ਨੇ 11 ਦੇ 11 ਪਲੇਅਰ ਆਪਸ ਵਿੱਚ ਪੈਸੇ ਵੰਡ ਲੈਂਦੇ ਹੋਣਗੇ ਤੁਹਾਨੂੰ ਤਾਂ ਕੱਖ ਨਹੀਂ ਮਿਲਦਾ ਹੋਣਾ ਨਹੀਂ ਜੀ ਬੜਾ ਗਲਤ ਸਵਾਲ ਤੁਹਾਡਾ ਇਹ ਮੈਂ ਮੈਚ ਫਿਕਸਿੰਗ 'ਚੋਂ ਪੈਸੇ ਕਮਾ ਰਿਹਾ ਪਿੱਛੇ ਜੇ ਜਿਹੜਾ ਇੰਡੀਆ ਮੈਚ ਹਾਰਿਆ ਨਾ ਮੈਚ ਤਾਂ ਮੈਨੂੰ ਪਤਾ ਹੈ ਹਾਰ ਗਏ ਸੀ ਅਖੀਰਲੇ 10 ਓਵਰਾਂ ਜਾ ਕੇ ਹਾਲਤ ਥੋੜ੍ਹੀ ਜਿਹੀ ਮਾੜੀ ਹੋ ਗਈ ਸੀ ਪਰ ਤੁਸੀਂ ਤਾਂ ਖੇਡ ਹੀ ਨਹੀਂ ਰਹੇ ਸੀ ਤੁਸੀਂ ਕਿਵੇਂ ਮੈਚ ਹਰਾਤਾ ਉਹ ਮੈਂ ਹੀ ਹਰਾਇਆ ਸੀ ਜੀ ਮੈਂ ਹੀ ਫਿਕਸ ਕਰਾਇਆ ਸੀਗਾ ਮੈਂ ਸੱਟੇਬਾਜ਼ਾਂ ਤੋਂ 30 ਲੱਖ ਰੁਪਏ ਲਿਆ ਜੀ ਕੈਸ਼ ਪਰ ਤੁਸੀਂ ਮੈਚ ਕਿਵੇਂ ਹਰਾਇਆ 30 ਲੱਖ ਰੁਪਇਆ ਦੇ ਕੇ ਸਮਝ ਨਹੀਂ ਆਇਆ ਕੁਛ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਜਿੱਤਣ ਵਾਲੀ ਪੋਜੀਸ਼ਨ ਸੀਗਾ 2 ਬੈਟਸਮੈਨ ਬਿਲਕੁਲ ਪੂਰੀ ਤਰ੍ਹਾਂ ਅੜ ਗਏ ਸੀ ਅਤੇ ਇਹਨੇ 'ਚ ਹੀ ਡਰਿੰਕ ਬ੍ਰੇਕ ਹੋਇਆ ਮੈਂ ਪਾਣੀ ਲੈ ਕੇ ਅੰਦਰ ਗਿਆ ਅਤੇ ਉਹ ਮੇਰੇ ਪਿੱਛੇ ਹੀ ਆਊਟ ਹੋ ਕੇ ਦੋਨੋਂ ਬਾਹਰ ਆ ਗਏ ਪਰ ਤੁਹਾਡਾ ਕੀ ਯੋਗਦਾਨ ਹੋਇਆ ਇਹਦੇ ਵਿੱਚ ਮੇਰਾ ਯੋਗਦਾਨ ਸਿਰਫ ਇੰਨਾ ਸੀ ਕਿ ਮੈਂ ਜੋ ਇਹਨਾਂ ਨੂੰ ਪਾਣੀ ਪਿਆ ਸੀ ਉਹਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਮਿਕਸ ਕਰਤੀਆਂ ਸੀ ਅੱਛਾ ਅੱਛਾ ਇਸ ਤਰ੍ਹਾਂ ਤੁਸੀਂ 30 ਲੱਖ ਰੁਪਏ ਦੀ ਕਮਾਈ ਕੀਤੀ ਬਸ ਜੀ ਇਹ ਤਾਂ ਟੀਮ ਵਰਕ ਹੈ ਜੀ ਮਾਈ ਗੋਡ ਪਰਮਾਤਮਾ ਕਰੇ ਟੀਮ ਵਰਕ ਇਸੇ ਤਰ੍ਹਾਂ ਚੱਲਦਾ ਰਹੇ ਅੱਛਾ ਸਾਨੂੰ ਇਹ ਦੱਸੋਗੇ ਕਿ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਤੁਹਾਨੂੰ ਸਭ ਤੋਂ ਵਧੀਆ ਪਲੇਅਰ ਵਧੀਆ ਖਿਡਾਰੀ ਕਿਹੜਾ ਲੱਗਦਾ ਸਭ ਤੋਂ ਵਧੀਆ ਪਲੇਅਰ ਦਾ ਜਿੱਥੇ ਤੱਕ ਸਵਾਲ ਹੈ ਮੈਨੂੰ ਰਾਹੁਲ ਦ੍ਰਾਵਿੜ ਬਹੁਤ ਪਸੰਦ ਹੈ ਜੀ
ਅੱਛਾ ਅੱਛਾ ਰਾਹੁਲ ਦਰਾਵੜ ਦੀ ਇਹਨਾਂ ਨੂੰ ਬੈਟਿੰਗ ਚੰਗੀ ਲੱਗਦੀ ਹੋਣੀ ਜਾਂ ਉਹਦੇ ਖੇਡਣ ਦੇ ਟੈਕਨੀਕਸ ਜੋ ਅੱਛੇ ਲੱਗਦੇ ਨੇ ਦੇਖਦੇ ਕੀ ਅੱਛਾ ਲੱਗਦਾ ਨਾ 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 ਟੈਕਨੀਕ ਤਕਨੂਕ ਨਾਲ ਬੈਟਿੰਗ ਨਾਲ ਮੇਰਾ ਕੋਈ ਲਿੰਕ ਨਹੀਂ ਮੈਨੂੰ ਸਿਰਫ ਉਹ ਇਸ ਕਰਕੇ ਅੱਛਾ ਲੱਗਦਾ ਰਾਹੁਲ ਦਰਾਵੜ ਕਿ ਉਹ ਜਦੋਂ ਬੈਟਿੰਗ ਕਰਦਾ ਤਾਂ ਪਾਣੀ ਵਾਰ ਵਾਰ ਪੀਂਦਾ ਅਤੇ ਮੈਨੂੰ ਵਾਰ ਵਾਰ ਗਰਾਊਂਡ ਦੇ ਵਿੱਚ ਜਾਣਾ ਪੈਂਦਾ ਜਿਹਦੇ ਨਾਲ ਮੇਰੀ ਫੋਟੋ ਨਾ ਸਕਰੀਨ 'ਤੇ ਆਉਂਦੀ ਹੈ ਮੇਰੇ ਮੁਹੱਲੇ ਵਾਲੇ ਲੋਕ ਮੈਨੂੰ ਦੇਖਦੇ ਨੇ ਸੋ ਬੜਾ ਮਸ਼ਹੂਰ ਹੁੰਦਾ ਮੈਂ ਰਾਹੁਲ ਦਰਾਵੜ ਜੇ ਬੈਟਿੰਗ ਕਰਦਾ ਰਹੇ ਨਾ ਮੈਂ ਤਾਂ ਪਾਣੀ ਪਿਉਂਦਾ ਰਹਾਂ ਟੀ ਵੀ 'ਤੇ ਆਉਂਦੇ ਹੀ ਰਹਾਂ ਬਸ ਤੁਸੀਂ ਜਵਾਬ ਦੇ ਕੇ ਸਾਨੂੰ ਬੜੇ ਕੱਚੇ ਕਰ ਰਹੇ ਹੋ ਇੱਕ ਦੋ ਸਵਾਲ ਹੋਰ ਕਰਾਂਗੇ ਅੱਛਾ ਮਾਨ ਸਾਹਿਬ ਸਾਨੂੰ ਇਹ ਦੱਸੋ ਕਿ ਜੇ ਤੁਹਾਨੂੰ ਖੇਡਣ ਦਾ ਮੌਕਾ ਮਿਲਦਾ ਤੁਸੀਂ ਕਿਸ ਦੇਸ਼ ਦੀ ਟੀਮ ਦੇ ਵਿਰੁੱਧ ਖੇਡਣਾ ਪਸੰਦ ਕਰੋਗੇ ਬਹੁਤ ਮੇਰੇ ਦਿਲ ਦੀ ਗੱਲ ਕਹੀ ਹੈ ਤੁਸੀਂ ਆਸਟ੍ਰੇਲੀਆ ਦੀ ਟੀਮ ਨਾਲ ਖੇਡਣਾ ਪਸੰਦ ਕਰੂੰਗਾ ਕਿਉਂ ਜੀ ਕਿਉਂਕਿ ਆਸਟ੍ਰੇਲੀਆ ਦੀ ਟੀਮ ਨੇ ਮੇਰੇ ਨਾਨੇ ਦਾ ਕਤਲ ਕੀਤਾ ਸੀ ਮੈਂ ਉਹਦਾ ਬਦਲਾ ਲੈਣਾ ਚਾਹੁੰਦਾ ਆਪਣੇ ਨਾਨਾ ਜੀ ਦਾ ਆਸਟ੍ਰੇਲੀਆ ਦੀ ਟੀਮ ਨੇ ਤੁਹਾਡੇ ਨਾਨੇ ਦਾ ਕਤਲ ਕੀਤਾ ਸੀ ਕਿਸ ਤਰ੍ਹਾਂ ਸਮਝ ਨਹੀਂ ਆਈ ਕੁਛ ਇੱਕ ਵਾਰੀ ਮੇਰੇ ਨਾਨਾ ਜੀ ਟੀ ਵੀ ਦੇ ਅੱਗੇ ਮੈਚ ਦੇਖ ਰਹੇ ਸੀਗੇ ਆਸਟ੍ਰੇਲੀਆ ਨਾਲ ਮੈਚ ਸੀ ਇੰਡੀਆ ਦਾ ਬਿਲਕੁਲ ਆਖਰੀ ਮੂਮੈਂਟ 'ਤੇ ਆਸਟ੍ਰੇਲੀਆ ਜਿੱਤ ਗਿਆ ਅਤੇ ਮੇਰੇ ਨਾਨੇ ਨੂੰ ਹਾਰਟ ਅਟੈਕ ਹੋ ਗਿਆ ਕਤਲ ਤਾਂ ਫਿਰ ਆਸਟ੍ਰੇਲੀਆ ਨਹੀਂ ਕੀਤਾ ਨਾ ਚਲੋ ਮੰਨ ਲੈਂਦੇ ਹਾਂ ਕਿ ਆਸਟ੍ਰੇਲੀਆ ਟੀਮ ਨੇ ਕਤਲ ਕੀਤਾ ਪਰ ਤੁਸੀਂ ਬਦਲਾ ਕਿਸ ਤਰ੍ਹਾਂ ਲਓਗੇ ਕੁਝ ਸਮਝ ਨਹੀਂ ਆ ਰਿਹਾ ਮੇਰੀ ਤਮੰਨਾ ਹੈ ਕਿ ਮੈਂ ਬੈਟਿੰਗ ਕਰਦਾ ਹਾਂ ਉਹੀ ਮੈਗਰਾ ਬੋਲਿੰਗ ਕਰਨ ਆਵੇ ਪਹਿਲੀ ਬਾਲ ਮੈਨੂੰ ਸੁੱਟੇ ਤੇ ਮੈਂ ਜ਼ੋਰਦਾਰ ਤਰੀਕੇ ਨਾਲ ਬੈਟ ਘੁਮਾਵਾਂ ਉਹਦੀ ਪਤਾ ਲੱਗੇ ਕਿ ਗਰਾਊਂਡ ਤੋਂ ਬਾਹਰ ਬਾਲ ਨਹੀਂ ਜੀ ਤਿੰਨੇ ਵਿਕਟਾਂ ਤਿੰਨੋਂ ਵਿਕਟਾਂ ਤਿੰਨੋਂ ਵਿਕਟਾਂ ਬਾਹਰ ਚਲੀਆਂ ਗਈਆਂ ਪਰ ਬਦਲਾ ਬਦਲੇ ਦੀ ਭਾਵਨਾ ਸਾਨੂੰ ਸਮਝ ਨਹੀਂ ਲੱਗੀ ਕਿਸ ਤਰ੍ਹਾਂ ਮੈਗਰਾ ਦਾ ਨਾਨਾ ਬਾਹਰ ਸਟੇਡੀਅਮ ਦੇ ਵਿੱਚ ਬੈਠਾ ਹੋਵੇ ਤੇ ਵਿਕਟ ਜਾ ਕੇ ਸਿੱਧੀ ਉਹਦੇ ਮੱਥੇ 'ਚ ਲੱਗੇ ਤੇ ਉੱਥੇ ਹੀ ਮਰ ਜੇ ਬਦਲੇ ਹੋ ਗਿਆ ਨਾ ਫਿਰ ਇਹ ਇਸ ਤਰ੍ਹਾਂ ਇਹਨਾਂ ਨੇ ਬਦਲਾ ਲੈ ਲੈਣਾ ਤੇ ਇੱਕ ਸਵਾਲ ਇਹਨਾਂ ਨੂੰ ਹੋਰ ਕਰਦੇ ਹਾਂ ਅਸੀਂ ਸਵਾਲ ਸਾਡਾ ਇਹ ਹੈ ਕਿ ਮੰਨ ਲਓ ਤੁਹਾਨੂੰ ਖੇਡਣ ਦਾ ਮੌਕਾ ਮਿਲ ਹੀ ਗਿਆ ਜੀ ਤੁਹਾਨੂੰ ਪਲੇਅਰਾਂ ਦੇ ਵਿੱਚ ਖੇਡਣ ਵਾਲਿਆਂ ਦੇ ਵਿੱਚ ਰੱਖ ਲਿਆ ਜੀ 11 11 ਦੇ ਵਿੱਚ ਤੁਸੀਂ ਆ ਗਏ ਤੁਸੀਂ ਕਿਸ ਨੰਬਰ 'ਤੇ ਬੈਟਿੰਗ ਕਰਨਾ ਪਸੰਦ ਕਰੋਗੇ ਬਹੁਤ ਘਟੀਆ ਸਵਾਲ ਹੈ ਮੇਰੇ ਵਰਗੇ ਪਲੇਅਰ ਨੂੰ ਇੱਦਾਂ ਦਾ ਸਵਾਲ ਨਹੀਂ ਪੁੱਛਣਾ ਚਾਹੀਦਾ ਅਸੀਂ ਆਲਰਾਊਂਡਰ ਹਾਂ ਮੇਰੇ ਵਰਗੇ ਪਲੇਅਰ ਨੂੰ ਚਾਹੇ 1 ਡਾਊਨ ਭੇਜ ਦਿਓ ਓਪਨਰ ਭੇਜ ਦਿਓ 2 ਡਾਊਨ ਭੇਜ ਦਿਓ ਮਿਡਲ ਆਰਡਰ 'ਚ ਲੈ ਜਾਓ ਜਿਹੜੀ ਮਰਜ਼ੀ ਪੋਜੀਸ਼ਨ 'ਤੇ ਬੈਟਿੰਗ ਕਰਵਾ ਲਓ ਅਸੀਂ ਤਾਂ 0 'ਤੇ ਆਊਟ ਹੋਣਾ ਹੁੰਦਾ ਹੈ ਵੈਸੇ ਗੱਲ ਇਹ ਤੁਹਾਡਾ ਸਿਲਸਿਲਾ ਚੱਲਦਾ ਰਹੂਗਾ ਉੱਧਰ ਮੈਨੂੰ ਪਤਾ ਲੱਗਿਆ ਕਿ ਰਾਹੁਲ ਦਰਾਵਿੜ ਦੀ ਬੈਟਿੰਗ ਆ ਗਈ ਹੈ ਸੋ ਮੇਰਾ ਸਕਰੀਨ 'ਤੇ ਆਉਣ ਦਾ ਚਾਂਸ ਬਣ ਗਿਆ ਚੰਗਾ ਬਈ ਜਗਨੂ ਆਹ ਕ੍ਰਿਕਟ ਦੇ 12ਵੇਂ ਪਲੇਅਰ ਨੇ ਤਾਂ ਝੰਡੇ ਘੱਟਤੇ ਯਾਰ ਸੱਚ ਝੰਡੇ ਤੋਂ ਯਾਦ ਆਇਆ ਆਪਣੇ ਝੰਡੇ ਦਾ ਕੀ ਹਾਲ ਆ ਝੰਡਾ ਆਪਣਾ ਵਧੀਆ ਝੁੱਲੀ ਜਾਂਦਾ ਓ ਯਾਰ ਮੈਂ ਉਸ ਝੰਡੇ ਦੀ ਗੱਲ ਨਹੀਂ ਕਰਦਾ ਆਪਣੇ ਝੰਡੇ ਅਮਲੀ ਦੀ ਗੱਲ ਕਰਦਾ ਅੱਛਾ ਉਹ ਤਾਂ ਅੱਜ ਕੱਲ੍ਹ ਫਿਰ ਗੌਰਮੈਂਟ 'ਚ ਹੈ ਗੌਰਮੈਂਟ 'ਚ ਹੈ ਕਿਵੇਂ ਮੇਰਾ ਮਤਲਬ ਜਿਹੜੇ ਉਮੀਦਵਾਰ ਉਹਨੇ ਵੋਟ ਪਾਈ ਸੀ ਹਾਂ ਉਹ ਐਤਕੀ ਫਿਰ ਜਿੱਤ ਗਿਆ ਅੱਛਾ ਫਿਰ ਤੇ ਝੰਡਾ ਅਮਲੀ ਸਿੱਧਾ MLA ਸਾਹਿਬ ਮੇਰਾ ਮਤਲਬ LMA ਸਾਹਿਬ ਦੇ ਘਰ ਅੱਛਾ LMA ਸਾਹਿਬ ਤਿਆਰ ਹੋ ਜਾਓ ਝੰਡਾ ਆ ਰਿਹਾ ਜੀ ਹੈਲੋ ਮੇਰੀ ਲਾਸਟ ਵਾਰਨਿੰਗ ਹੈ ਦੇਖ ਸੁਣ ਤੈਨੂੰ ਹਾਂ ਉਹ ਬਦਤਮੀਜ਼ ਕੰਮ ਕਰਾਉਣ ਨੂੰ ਮੂਹਰੇ ਹੋ ਜਾਂਦੇ ਹੋ ਪੇਮੈਂਟ ਦੇ ਨਹੀਂ ਰਹੇ ਤੁਸੀਂ ਦਿਮਾਗ ਖਰਾਬ ਹੈ ਤੇਰਾ ਮੈਨੂੰ ਪੇਮੈਂਟ ਫੜਾਏਗਾ ਪੇਮੈਂਟ ਮੇਰੇ ਭਤੀਜੇ ਨੂੰ ਫੜਾਓ ਜਾਂ ਬੀਬੀ ਜੀ ਨੂੰ ਹੁਣ ਤੈਨੂੰ ਮੈਂ ਇਹ ਦੱਸਾਂ ਬੀਬੀ ਜੀ ਕੌਣ ਨੇ ਉਹ ਤੈਨੂੰ ਪਤਾ ਨਹੀਂ ਬਦਤਮੀਜ਼ ਮੰਤਰੀਆਂ ਦੇ ਬੀਬੀ ਜੀ ਕੌਣ ਹੁੰਦੇ ਨੇ ਹਾਂ ਜਲਦੀ ਪਹੁੰਚ ਜੀ ਕਰੋ ਸਟਪੈਡ ਜਲਦੀ ਕਰਾਓ ਯਾਰ ਕੰਮ ਬਹੁਤ ਜੈ ਹਿੰਦ ਹੋ ਗਈ ਆਪਣੀ ਹੁਣ ਇਲਾਕੇ ਜੀ ਜਿੱਤ ਗਈ ਆਪਾਂ ਜੈ ਹਿੰਦ ਵੀ ਬਹੁਤ ਦੁਨੀਆ ਪਿਆਰ ਕਰਦੇ ਜੀ ਤੁਹਾਨੂੰ ਜਿੱਥੇ ਜਾਂਦੇ ਹੋ ਲੋਕ ਥੂ ਥੂ ਕਰਦੇ ਟੂ 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 ਬਹੁਤ ਗੱਡੀਆਂ ਦੇ ਘੁੱਗੂ ਵੱਜਦੇ ਜੀ ਠੀਕ ਹੈ ਕੰਮ ਦੱਸੋ ਕੀ ਹੈ ਕੰਮ
ਕੰਮ ਤਾਂ ਕਾਹਦਾ ਜੀ, ਉਹ ਮੁੰਡਾ ਜੀ ਮੇਰਾ ਵੱਡਾ ਮੁੰਡਾ ਜੀ ਵਿਹਲਾ ਫਿਰਦਾ ਜੀ, ਉਹਨੇ ਵੋਟਾਂ ਬਹੁਤ ਪਾਈਆਂ, ਉਹਨੇ ਐਤਕੀ 15 ਵੋਟਾਂ ਪਾਈਆਂ ਜਾਲੀ ਤੁਹਾਨੂੰ। ਮੈਂ ਉਹਨੂੰ ਆਖਿਆ ਸੀ ਵੀ ਮੈਂ ਹੈਗਾ ਬਥੇਰਾ ਇਸ ਕੰਮ ਨੂੰ, ਉਹ ਕਹਿੰਦਾ ਬਾਪੂ ਮੈਂ ਤਾਂ ਨਾ ਪਾਉਣੀਆਂ ਵੋਟਾਂ ਖੜੇ ਪੈ ਗਿਆ, 15 ਭਗਤਾਂ ਆਇਆ ਉਹ ਵਿਹਲਾ ਫਿਰਦਾ। ਮੈਂ ਕਿਹਾ ਉਹਨੂੰ ਨੌਕਰੀ ਲਵਾ ਦਈਏ, ਅਰਜੀ 'ਚ ਲਿਆਉਂਦੀ ਹੈ ਜੀ ਆ ਮਾਰਿਓ ਹਰੇ ਜੇ ਪਿੰਨ ਨਾਲ ਘੁੱਗੀ, ਮਤਲਬ ਵੀ ਉਹਨੂੰ ਨੌਕਰੀ ਦੇ ਦਈਏ ਜੀ। ਪੀਏ ਬਾਅਦ 'ਚ ਪੀ ਲਾਂਗੇ ਜੀ, ਪਹਿਲਾਂ ਕੰਮ ਕਰ ਲਈਏ। ਪੀਣੀ ਤੁਹਾਡੇ ਨਾਲ ਜ਼ਰੂਰ ਆ ਜੀ ਕਦੇ। ਉਹ ਮੈਂ ਤੇਰੇ ਨਾਲ ਪੀਣ ਦੀ ਗੱਲ ਨਹੀਂ ਕਰ ਰਿਹਾ, ਮੈਂ ਮੁੰਡੇ ਨੂੰ ਕਹਿੰਦਾ ਵੀ ਅਰਜੀ ਦੇਖੇ ਦੇਖੇ ਕੀ ਲਿਖਿਆ ਹੋਇਆ ਇਹਦੇ ਵਿੱਚ। ਆਹ ਸਮਾਰ ਕੇ ਠਾ ਮੁੰਡਿਆਂ ਨੂੰ ਵੀ ਓਏ। ਓਹੋ ਬਈ ਇਹ ਨੌਕਰੀ ਤੇਰੇ ਮੁੰਡੇ ਨੂੰ ਨਹੀਂ ਮਿਲ ਸਕਦੀ, ਕਿਉਂ? ਇਹ ਨੌਕਰੀ ਹੈਗੀ ਹੈਂਡੀਕੈਪਟ ਵਾਸਤੇ। ਹਾਂ ਕਿਉਂ ਮਜ਼ਾਕ ਕਰਦੇ ਹੋ LML ਸਾਹਿਬ ਜੀ, ਸਾਡੇ ਗਰੀਬਾਂ ਕੋਲ ਜੀ ਜ਼ਹਿਰ ਖਾਣ ਨੂੰ ਪੈਸਾ ਨਹੀਂ, ਹੈਲੀਕਾਪਟਰ ਕਿੱਥੋਂ ਲਿਆਈ? ਓਏ ਹੈਲੀਕਾਪਟਰ ਨਹੀਂ ਹੈਂਡੀਕੈਪਟ, ਮੇਰਾ ਮਤਲਬ ਆ ਵੀ ਕਿਵੇਂ ਸਮਝਾਵਾਂ ਯਾਰ। ਹੈਂਡੀਕੈਪਟ ਦਾ ਮਤਲਬ ਵੀ ਜਿਨ੍ਹਾਂ ਦਾ ਕੋਈ ਅੰਗ ਪੈਰ ਹੈ ਨਹੀਂ, ਅੰਗ ਪੈਰ ਮਰਿਆ ਹੋਇਆ, ਜਿਹਦੇ ਲੱਤਵਾ ਨਹੀਂ ਯਾਰ, ਉਹਨਾਂ ਲਈ ਨੌਕਰੀ ਯਾਰ ਇਹ। LML ਸਾਹਿਬ ਜੀ ਹੁਣ ਤੁਹਾਡੇ ਹੁੰਦੇ ਸਾਨੂੰ ਇਹ ਨੌਕਰੀਆਂ ਮਿਲਣੀਆਂ ਨਹੀਂ, ਪਰ ਤੁਹਾਨੂੰ ਜਾਲੀ ਵੋਟਾਂ ਪਾਉਣ ਦਾ ਫਾਇਦਾ ਕਾਹਦਾ ਹੋਇਆ ਜੀ? ਮਤਲਬ ਜੀ ਇਹਦੇ ਵਿੱਚ ਜੀ ਮੈਂ ਤਾਂ ਯਾਰ ਕਿ ਤੁਹਾਡੇ ਪੋਸਟਰਾਂ ਦੀ ਹਨੇਰੀ ਲਿਆਤੀ ਵੋਟਾਂ 'ਚ ਜੀ, ਮੱਝਾਂ ਵਾਲੀਆਂ ਖੁੱਲੀਆਂ ਤੋਂ ਲੈ ਕੇ ਜੀ ਮੈਂ ਤਾਂ ਪਾਣੀ ਵਾਲੀਆਂ ਟੈਂਕੀਆਂ ਤੱਕ ਨਾ ਪੋਸਟਰ ਲਾਈ ਟੈਂਕੀਆਂ ਨੇ, ਮੈਂ ਲੜ ਵੀ ਪੈ ਗਿਆ ਜੁੱਟ ਡਿੱਗਣਾ ਪਈ। ਮੈਂ ਕਿਹਾ ਪੋਸਟਰ ਲਾਉਣੀ ਲਾਉਣੇ ਜਲ LML ਸਾਹਿਬ ਨੂੰ ਜਿਤਾਉਣੀ ਜਿਤਾਉਣੇ ਆਪਣੇ ਕੰਮ ਹੋਣਗੇ ਜੀ, ਕੰਮ ਤਾਂ ਕੋਈ ਹੁੰਦਾ ਨਹੀਂ ਜੀ। ਮੈਂ ਤਾਂ ਮੱਝਾਂ 'ਤੇ ਵੀ ਪੋਸਟਰ ਲਾਈ, ਫਿਰ ਉਹਦਾ ਫਾਇਦਾ ਕਹਿੰਦਾ ਇਹਦੇ ਵਿੱਚ ਹੋਇਆ ਜੀ, ਮਤਲਬ ਜੀ ਇਹਦੇ ਵਿੱਚ। ਓਏ ਓਏ ਕਿਉਂ ਦਿਮਾਗ ਖਾ ਰਿਹਾ ਮੇਰਾ, ਮੈਂ ਤੈਨੂੰ ਦੱਸਤਾ ਇਹ ਨੌਕਰੀ ਤੇਰੇ ਮੁੰਡੇ ਨੂੰ ਨਹੀਂ ਮਿਲ ਸਕਦੀ, ਇਹ ਨੌਕਰੀ ਉਹਨਾਂ ਲਈ ਹੈ ਜਿਨ੍ਹਾਂ ਦਾ ਕੋਈ ਅੰਗ ਪੈਰ ਮਰਿਆ ਹੋਵੇ, ਲੱਤ ਪੈਰ ਬਾਂਹ ਵੱਢਿਆ ਹੋਵੇ, ਸਮਝ ਗਿਆ? ਹੁਣ ਜੇ ਤੇਰੇ ਮੁੰਡੇ ਦੇ ਯਾਰ ਕੋਈ ਲੱਤ ਬਾਂਹ ਵੱਢੀ ਹੁੰਦੀ ਜਾਂ ਨਹੀਂ ਹੁੰਦੀ ਤਾਂ ਨੌਕਰੀ ਦੇ ਦਾਂਗੇ ਯਾਰ ਅਸੀਂ। ਅੱਛਾ ਜੀ, ਮਤਲਬ ਇਹ ਮਿਲ ਨਹੀਂ ਸਕਦੀ? ਨਹੀਂ ਮਿਲ ਸਕਦੀ। ਚਲ ਕੋਈ ਨਹੀਂ ਜੀ, ਇਹ ਅਰਜੀ ਮੈਨੂੰ ਫੜਾ ਦਿਓ, ਕੱਲ ਨੂੰ ਇੱਕ ਹੋਰ ਅਰਜੀ ਲਿਆਊਂਗਾ ਜੀ, ਨੌਕਰੀ ਤਾਂ ਲੈਣੀ ਲੈਣੀ ਜੀ। ਕੀ ਗੱਲ, ਕੱਲ ਨੂੰ ਕੋਈ ਨਵੀਂ ਨੌਕਰੀ ਨਿਕਲ ਰਹੀ ਹੈ? ਇਹ ਨਵੀਂ ਨੌਕਰੀ ਤਾਂ ਨਹੀਂ ਜੀ, ਹੁਣ ਜਾ ਕੇ ਘਰ ਆਪਣਾ ਪੈਗ ਸ਼ੈਗ 2-3 ਲਾ ਕੇ ਜੀ ਮੁੰਡੇ ਦੀ ਲੱਤ ਬਾਂਹ ਫੜ ਦਿਆਂਗੇ ਜੀ। ਓਏ ਨੌਕਰੀ ਤਾਂ ਲੈਣੀ ਹੈ। ਗੱਲ ਸੁਣ ਮੇਰੀ, ਉਹ ਮੂਰਖਾ ਕਿਉਂ ਮੁੰਡੇ ਨੂੰ ਨਕਾਰਾ ਕਰੇਗਾ ਹੈ? ਦੇਖ ਤੇਰੇ ਮੁੰਡੇ ਨੂੰ ਅਸੀਂ ਕਿਤੇ ਨਾ ਕਿਤੇ ਨੌਕਰੀ ਦਵਾ ਦਾਂਗੇ, ਐਡਜਸਟ ਕਰ ਦਾਂਗੇ। ਇਹ ਜੋ ਕੜਜਸਟ ਪੁੜਜਸਟ ਜੋ ਮਰਜ਼ੀ ਗੱਲ ਉਹ ਮੁੰਡਾ ਤੁਹਾਡਾ ਹੋ ਗਿਆ ਹੁਣ, ਮੈਂ ਤਾਂ ਤੁਹਾਨੂੰ ਦੇਤਾ ਵਿਹਲਾ, ਆਪਾਂ ਰੱਖਣਾ ਨਹੀਂ, ਕੈਨੇਡੇ ਕੱਢ ਦਿਓ, ਬਾਹਰਲੇ ਮੁਲਕ 'ਚ ਭੇਜ ਦਿਓ। ਹਾਂਜੀ ਆਹ ਕੀ ਚੁਟਕੀਆਂ ਜੀ ਮਾਰੀ ਜੀ, ਤੂੰ ਕੱਲ੍ਹ ਦਾ ਛੋਕਰਾ ਹੈ ਓਏ, ਤੂੰ ਉੱਧਰ ਜਾ ਕੇ ਖੜਨਾ, ਤੈਨੂੰ ਪਤਾ ਨਹੀਂ ਸਾਡਾ LML ਸਾਹਿਬ ਨਾਲ ਕਿੰਨਾ ਪਿਆਰ ਹੈ। LML ਸਾਹਿਬ ਨੂੰ ਮੈਂ ਉਦੋਂ ਦਾ ਜਾਣਦਾ ਜਦੋਂ ਇਹ LML ਨਹੀਂ ਹੁੰਦੇ ਸਾਡੇ ਪਿੰਡ, ਉਦੋਂ ਭੁੱਕੀ ਵੇਚਣ ਆਉਂਦੇ ਹੁੰਦੇ ਘੋੜੀ 'ਤੇ। ਮੈਂ ਤੜਕੀ 4 ਵਜੇ ਸਾਰੇ ਪਿੰਡ 'ਚ ਹੋਕਾ ਦਿੰਦਾ, ਭਾਈ ਭੁੱਕੀ ਆ ਗਈ, ਬਹੁਤ ਵਧੀਆ ਭੁੱਕੀ, ਅੱਜ ਤੱਕ ਉਹ ਭੁੱਕੀ ਦੀਆਂ ਗੱਲਾਂ ਆਉਂਦੀਆਂ, ਬਹੁਤ ਵਧੀਆ ਭੁੱਕੀ ਹੁੰਦੀ ਜੀ ਆਪਣੇ ਵਾਲੀ, ਉਦੋਂ ਮੁੜ ਕੇ ਹਾਈ ਭੁੱਕੀ ਆਈ ਨਹੀਂ ਇਲਾਕੇ 'ਚ। ਬਸ ਕਰ ਬਸ ਕਰ, ਹੋਰ ਕੰਮ ਦੱਸ ਕੀ ਹੈ? ਹੋਰ ਤਾਂ ਕੰਮ ਕੀ ਹੈ ਜੀ, ਮਤਲਬ ਇੱਕ ਆਪਣੇ ਪਿੰਡ ਦੀ ਮੰਗ ਹੈ ਜੀ, ਇੱਕ ਮੇਰਾ ਗੁੱਸਾ ਹੈ ਜੀ। ਪਹਿਲਾਂ ਮੰਗ ਦੱਸ ਕੀ ਹੈ? ਨਾ ਜੀ ਪਹਿਲਾਂ ਗੁੱਸਾ ਕੱਢੂ ਜੀ। ਗੁੱਸਾ ਕੱਢ ਲੈ। ਗੁੱਸਾ ਇਹ ਹੈ ਜੀ LML ਸਾਹਿਬ, ਤੁਸੀਂ ਹੁਣ ਜਿੱਤ ਕੇ ਦੇਖ ਲਓ ਭਾਰੀ ਗਿਣਤੀ ਨਾਲ ਵੋਟਾਂ 'ਚ, ਉਹ ਤੋਂ ਬਾਅਦ ਤੁਸੀਂ ਆ ਗਏ ਚੰਡੀਗੜ੍ਹ, ਆ ਕੇ ਬਹਿ ਗਏ ਆਲੇ ਦੁਆਲੇ ਦੇ, ਚੰਡੀਗੜ੍ਹ ਦੇ ਆਲੇ ਦੁਆਲੇ ਸਾਰੇ ਮੀਂਹ ਪਵਾ ਲਿਆ ਤੁਸੀਂ ਆਪਦੇ ਕੋਠੀਆਂ ਕਾਰਾਂ ਦੇ ਨੇੜੇ ਜੀ, ਇਹ ਸਾਡੇ ਪਿੰਡਾਂ 'ਚ ਨਹੀਂ ਸੋਕਾ ਦੇਖ ਲਓ ਪਵਾਤਾ ਤੁਸੀਂ। ਤੁਹਾਨੂੰ ਆਪਦੇ ਇਲਾਕੇ ਜ਼ਰੂਰ ਕਣੀਆਂ ਪਾਉਣੀਆਂ ਚਾਹੀਦੀਆਂ, ਇਹ ਅਮਰਿੰਦਰ ਨੂੰ ਕਹਿ ਕੇ ਕੰਮ ਕਰਾਓ ਜੀ। ਇਹ ਕੰਮ ਅਮਰਿੰਦਰ ਦਾ ਨਹੀਂ ਹੈ, ਇਹ ਇੰਦਰ ਦਾ। ਚਲ ਜਿਹਦਾ ਵੀ ਆਈ ਹੈ ਤੁਸੀਂ ਕਰਾਓ, ਤੁਹਾਡੀ ਚੱਲਦੀ ਹੈ ਇੰਨਾ ਮੈਨੂੰ ਪਤਾ ਜੀ। ਹੁਣ ਮੰਗ ਦੱਸ ਕੀ ਹੈ? ਮੰਗ ਤਾਂ ਜੀ ਆਪਣੇ ਪਿੰਡ ਵੱਲੋਂ ਇਹੀ ਹੈ ਜੀ ਵੀ ਸਾਡੇ ਪਿੰਡ ਨੂੰ 24 ਘੰਟੇ ਬਿਜਲੀ ਕਰੋ, ਪਰ ਦਿਓ ਦਿਨੇ। ਯਾਰ ਦਿਨ 'ਚ 24 ਘੰਟੇ ਕਿਵੇਂ ਲਾਈਟ ਦੇ ਸਕਦਾ ਮੈਂ? ਫਿਰ ਰਾਤ ਨੂੰ ਦਿਓ ਵੀ LML ਸਾਹਿਬ, ਫਾਇਦਾ ਕਰਾ ਇਹਦੇ ਵਿੱਚ ਹੋਇਆ ਜੀ, ਤੁਸੀਂ LML ਤੁਹਾਨੂੰ ਬਣਾਉਣ ਦਾ ਜਾਲੀ ਵੋਟਾਂ ਦਾ ਜੀ, ਮਤਲਬ ਵੀ ਇਹਦੇ ਵਿੱਚ ਰਾਤ ਨੂੰ ਵੀ 24 ਘੰਟੇ ਕਿਵੇਂ ਦੇ ਸਕਦਾ? ਫਿਰ ਮੈਨੂੰ ਕੀ ਪਤਾ ਜੀ ਹੁਣ ਕਿਵੇਂ, ਤੁਹਾਡੇ ਕੋਲ ਪਿੰਨ ਹੈ, ਤੁਹਾਡੀ ਸਰਕਾਰ ਹੋ, ਤੁਹਾਡੀ ਚੱਲਦੀ ਹੈ ਜੀ। ਜਾਂ ਦਿਨ ਅਤੇ ਰਾਤ 'ਚ 24 ਘੰਟੇ ਬਿਜਲੀ ਹੁੰਦੀ ਹੈ, ਨਾਲੇ 24 ਘੰਟੇ ਬਿਜਲੀ ਕੀਤੀ ਹੋਈ ਹੈ। ਹਾਂ ਤੇਰੇ ਪਿੰਡ ਦਾ ਮੈਂ ਸੱਚ ਆਪ ਐਲਾਨ ਕਰਕੇ ਅਸੀਂ 24 ਘੰਟੇ ਬਿਜਲੀ ਦੇਵੇ ਪਿਛਲੇ ਸਾਲ ਜੀ। ਹਾਂ ਉਹ ਤੁਸੀਂ ਸਾਡੇ ਕੁ ਦਿਨ ਆ ਗਏ ਜੀ 24 ਘੰਟੇ ਕਰਕੇ, ਲਾਈਟ ਤੁਹਾਡੇ ਮੰਗ ਨਹੀਂ, 3:45 ਵਾ ਗਈ ਨਾ, ਮੁੜ ਕੇ ਤੁਸੀਂ ਪਿੰਡ 'ਚ ਵੜੇ ਹੋ ਨਾ ਲਾਈਟ ਆਈ ਹੈ ਜੀ।
ਠੀਕ ਹੈ ਠੀਕ ਹੈ ਯਾਰ ਜਾ ਹੁਣ ਦਿਮਾਗ ਨਾ ਖਾ ਮੇਰਾ। ਚਲੋ ਕੋਈ ਨੀ, ਕਦੇ ਫੇਰ ਆਪਾਂ ਮੁੜ ਕੇ ਗੱਲਾਂ ਕਰਾਂਗੇ ਜੀ। ਇਲਾਕੇ ਨੂੰ ਕਦੋਂ ਆਉਣਾ ਜੀ ਹੁਣ? ਉੱਧਰ ਪਿੰਡਾਂ ਵੱਲ ਨੂੰ ਜੀ। ਆ ਜਾਂਗੇ ਇਲਾਕੇ 'ਚ, ਮਾਰਾਂਗੇ ਜਿਹੜਾ। ਜਾ ਜਾ, ਆਪਾਂ ਆਪਣੇ ਘਰ ਦਾ ਰੱਖਣੇ, ਚਾਹ ਪਿਆਉਣੀ ਆ ਤੁਹਾਨੂੰ। ਆਉਂਦੇ ਹੋਏ ਥੋੜੀ ਜਿਹੀ ਭੁੱਕੀ ਲੈ ਆਇਓ ਜੀ। ਕਿਉਂ ਇਹੋ ਜਿਹੇ ਬੰਦਿਆਂ ਨੂੰ ਅੰਦਰ ਬਾੜ ਨਹੀਂ ਦਿੰਦੇ ਹੁੰਦੇ? ਹੈ ਮੇਰਾ ਭਤੀਜਾ ਜੀ, ਮੈਥੋਂ ਵੱਡੇ ਭਾਈ ਜੰਗੀਰੇ ਦਾ ਮੁੰਡਾ। ਉਹ ਕੱਲ ਕਿਤੇ ਰਾਤ ਬੈਠੇ ਹੋਣੇ, ਦਾਰੂ ਦੂਰ ਪੀਂਦੇ ਹੋਣੇ ਯਾਰ ਦੋਸਤ, ਤੇ ਉਹ ਤੂੰ ਤੂੰ ਮੈਂ ਹੋ ਗਈ ਕਿਤੇ ਆਪ 'ਚ। ਇਹਦਾ ਥੋੜ੍ਹਾ ਹੱਥ ਕਰੜਾ, ਚੋਬਰ ਨਿਕਲਿਆ। ਇਹਨੇ ਕਿਤੇ ਮੁੰਡੇ ਦੇ ਜ਼ੋਰ ਦੇ ਸਿਰ 'ਚ ਮਾਰਿਆ, ਉਹ ਮੁੰਡਾ ਮਰ ਗਿਆ। ਕੱਲ੍ਹ ਤਾਂ ਡਰਿਆ ਫਿਰਦਾ, ਕਹਿੰਦਾ ਪਤਾ ਨਹੀਂ ਕੀ ਹੋਊ। ਮੈਂ ਕੁਛ ਨਹੀਂ ਹੁੰਦਾ, ਤੈਨੂੰ ਮੈਂ LMA ਸਾਹਿਬ ਤੋਂ ਮਾਫ਼ ਕਰਾ ਲਿਆਉਣਾ। ਚਲੋ ਕੰਮ ਹੋ ਗਿਆ, ਬਹੁਤ ਬਹੁਤ ਮਿਹਰਬਾਨੀ, ਜੈ ਹਿੰਦ ਜੀ। ਉਹ ਸਿਕਿਉਰਿਟੀ ਉਹ ਫੜਿਆ, ਕਮਾਲ ਹੀ ਹੋ ਗਈ ਬਸ। ਮੈਂ ਤਾਂ ਭਾਈ ਸਾਹਿਬ, ਓਏ ਅਸੀਂ ਸਕੇ ਭਾਈ ਨਹੀਂ ਹੈਗੇ। ਠੀਕ ਆ ਫਿਰ, ਇੰਨੀ ਉੱਚੀ ਬੋਲਣ ਦੀ ਕੀ ਲੋੜ ਆ ਯਾਰ? ਤੜਕੇ ਤੋਂ ਸਿਰ ਖਾ ਗਿਆ ਯਾਰ। ਖੈਰ ਛੱਡ, ਆਪਣੀ ਗੱਲ ਚੱਲਦੀ ਸੀ ਝੰਡੇ ਬਾਰੇ। ਓਏ ਝੰਡੇ ਦੀ ਕੀ ਗੱਲ ਕਰੇਗਾ, ਉਹਦਾ ਨਸ਼ੇ ਖਾਧੇ ਪੀਤੇ 'ਚ ਕੋਈ ਪਤਾ ਨਹੀਂ, ਕੀ ਕਹਿ ਜੇ ਅਤੇ ਕਾਹਦੀ ਮਾਫ਼ੀ ਮੰਗ ਜੇ। ਉਹੀ ਤਾਂ ਮੈਂ ਗੱਲ ਕਰਦਾ। ਵੈਸੇ ਮੇਰੀ ਇੱਕ ਸਲਾਹ ਹੈ ਝੰਡੇ ਨੂੰ, ਉਹਨੂੰ ਚਾਹੀਦਾ ਵੀ ਨਸ਼ਾ ਪਤਾ ਛੱਡ ਦੇ। ਤੂੰ ਦੇਖ ਵੀ ਅੱਜ ਕੱਲ੍ਹ ਗੌਰਮੈਂਟ ਲਾ ਰਹੀ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਨਸ਼ਾ ਛੱਡਣ ਦਾ ਕੈਂਪ। ਉਹਨੂੰ ਚਾਹੀਦਾ ਉੱਥੇ ਜਾਵੇ ਅਤੇ ਨਸ਼ਾ ਛੱਡ ਕੇ ਆ ਜੇ। ਨਾਲੇ ਸਰਕਾਰ ਦਾ ਇੱਕ ਨਾਰਾ ਵੀ ਹੈ, ਨਸ਼ਾ ਛੱਡੋ ਕੋੜ ਵੱਢੋ। ਓਏ ਹਸਪਤਾਲਾਂ ਦੀ ਗੱਲ ਨਾ ਕਰ, ਸਰਕਾਰੀ ਹਸਪਤਾਲਾਂ ਦਾ ਇੰਨਾ ਬੁਰਾ ਹਾਲ ਹੈ ਕਿ ਕਈ ਮਰੀਜ਼ ਤਾਂ ਹਸਪਤਾਲਾਂ ਦੀ ਬਿਲਡਿੰਗ 'ਤੇ ਤਰਸ ਖਾ ਕੇ ਮਰ ਜਾਂਦੇ ਨੇ। ਕਿਵੇਂ? ਕਿ ਯਾਰ ਜਿਹੜਾ ਆਪ ਹੀ ਥਾਂ ਥਾਂ ਤੋਂ ਟੁੱਟਿਆ ਪਿਆ, ਮੈਨੂੰ ਕੀ ਜੋੜੂਗਾ ਉਹ? ਉੱਤੋਂ ਅਸੂਲ ਬੜੇ ਸਖਤ ਨੇ ਸਰਕਾਰੀ ਹਸਪਤਾਲਾਂ ਦੇ। ਕਿਵੇਂ ਬਈ? ਰਾਤ ਨੂੰ 9:30 ਤੋਂ ਬਾਅਦ ਮਰੀਜ਼ਾਂ ਦੇ ਸਾਰੇ ਰਿਸ਼ਤੇਦਾਰ ਬਾਹਰ ਅਤੇ ਸ਼ਹਿਰ ਦੇ ਸਾਰੇ ਕੁੱਤੇ ਅੰਦਰ, ਅਤੇ ਫਿਰ ਕੁੱਤੇ ਮਰੀਜ਼ਾਂ ਦੇ ਬੈੱਡਾਂ ਥੱਲੇ ਮੌਜ ਨਾਲ ਰਾਤ ਨੂੰ ਸੌਂਦੇ ਨੇ, ਅਤੇ ਮਰੀਜ਼ ਸਾਰੀ ਰਾਤ ਭੌਂਕਦੇ ਨੇ। ਓ ਕਿਵੇਂ? ਓਏ ਓਏ ਓਏ, ਮੈਨੂੰ ਪਾਸਾ ਦਵਾ ਦੋ ਓਏ। ਆਈ ਮੇਰੀ ਲੱਤ ਗਈ, ਆਈ ਆਈ ਮੇਰਾ ਸਿਰ। ਓਏ ਅਤੇ ਉੱਤੋਂ ਜਿਹੜੇ ਸਰਕਾਰੀ ਹਸਪਤਾਲਾਂ 'ਚ ਹਵਾ ਵਾਸਤੇ ਪੱਖੇ ਲੱਗੇ ਹੋਏ ਨੇ, ਰਹੇ ਰੱਬ ਦਾ ਨਾਂ ਬਈ, ਕਈ ਪੱਖਿਆਂ 'ਤੇ ਕਈ ਕਬੂਤਰਾਂ ਨੇ ਆਪਣੀਆਂ ਚਾਰ ਚਾਰ ਪੀੜ੍ਹੀਆਂ ਪਾਲ ਲੀਆਂ। ਕਿਉਂ ਗੱਪ ਮਾਰਦਾ ਯਾਰ, ਚਾਰ ਚਾਰ ਪੀੜ੍ਹੀਆਂ ਪਾਲ ਲੀਆਂ? ਤੂੰ ਮੈਨੂੰ ਐਂ ਦੱਸ, ਜਦੋਂ ਪੱਖੇ ਚੱਲਦੇ ਹੋਣੇ ਹੈ ਉਦੋਂ ਕਬੂਤਰ ਥੱਲੇ ਨਹੀਂ ਡਿੱਗਦੇ? ਪਿੰਡ ਨਹੀਂ ਜਾਂਦੇ ਫਿਰ ਕਬੂਤਰ? ਉਹ ਅੱਜ ਕੱਲ੍ਹ ਸਰਕਾਰਾਂ ਬੜੀ ਮੁਸ਼ਕਿਲ ਨਾਲ ਚੱਲਦੀਆਂ, ਸਰਕਾਰੀ ਪੱਖਿਆਂ ਤੋਂ ਕੀ ਉਮੀਦ ਕਰਦਾ ਵਾ? ਨਰਸਾਂ, ਰਹੇ ਰੱਬ ਦਾ ਨਾਂ। ਵਾਹ ਬਈ, ਚਾਰ ਚਾਰ ਪੰਜ ਪੰਜ ਸਹੇਲੀਆਂ ਇਕੱਠੀਆਂ ਹੋ ਕੇ ਨਾ ਮਰੀਜ਼ ਨੂੰ ਚੈੱਕ ਕਰਨ ਜਾਂਦੀਆਂ ਨੇ। ਆਪ ਤਾਂ ਹਿੰਦੀ 'ਚ, ਹਿੰਦੀ ਫਿਲਮਾਂ ਦੀਆਂ ਗੱਲਾਂ ਕਰਦੀ ਰਹਿੰਦੀਆਂ ਨੇ, ਵਿੱਚ ਦੀ ਪੰਜਾਬੀ 'ਚ ਮਰੀਜ਼ ਨੂੰ ਵੀ ਆਰਡਰ ਦੇ ਜਾਂਦੀਆਂ। ਕਿਵੇਂ? ਅਰੇ ਬਸ ਸੁਮਨ, ਦੇਖਾ ਹੈ ਆਪਣੇ ਉਹ ਕੌਨ ਸੀ ਪਿਕਚਰ ਮੈਂ ਯਾਰ, ਉਹ ਰਿਤਿਕ ਰੋਸ਼ਨ ਨੇ ਬੋਲਾ ਨਾ ਕਰੀਨਾ ਕਪੂਰ ਕੋ ਜੀ ਬਾਹਰ ਕੱਢੋ। ਅਰੇ ਯਾਰ, ਉਹ ਕੌਨ ਸੀ ਪਿਕਚਰ ਹੈ ਜਿਸ ਵਿੱਚ ਸ਼ਾਹਰੁਖ ਨੇ ਬੋਲਾ ਨਾ ਕ੍ਰਿਸ਼ਮਾ ਕਪੂਰ ਕੋ ਲੰਬੇ ਲੰਬੇ ਸਾਹ ਲਓ? ਅਰੇ ਯਾਰ ਵੀ ਪਾਸ਼ਾ, ਬਸ ਬੋਰਿੰਗ ਕੱਪੜੇ ਪਹਿਨਤੇ, ਆਈ ਡੋਂਟ ਲਾਈਕ ਆਰ ਯਾਰ। ਇੰਨੀਆਂ ਬਿਜ਼ੀ ਹੋ ਜਾਂਦੀਆਂ ਨੇ ਕਿ ਮਰੀਜ਼ ਨੂੰ ਭੁੱਲ ਹੀ ਜਾਂਦੀਆਂ ਨੇ, ਅੱਧੇ ਘੰਟੇ ਬਾਅਦ ਵਿਚਾਰਾ ਮਰੀਜ਼ ਆਪ ਹੀ ਕਹਿੰਦਾ। ਭੈਣ ਜੀ, ਜੇ ਇਜਾਜ਼ਤ ਹੋਵੇ ਮੈਂ ਸਾਹ ਲੈਣਾ ਹੀ ਬੰਦ ਕਰਦਾ। ਸਹੀ ਗੱਲ ਹੈ ਯਾਰ ਤੇਰੀ, ਸਰਕਾਰੀ ਹਸਪਤਾਲਾਂ ਦਾ ਬਹੁਤ ਮਾੜਾ ਹਾਲ ਆ ਬਈ। ਇਕੱਲੇ ਹਸਪਤਾਲਾਂ ਦਾ ਨਹੀਂ, ਜਿਹੜੀ ਚੀਜ਼ ਦੇ ਨਾਲ ਮੂਹਰੇ ਸਰਕਾਰੀ ਲੱਗ ਜੇ ਸਾਰਿਆਂ ਦੀ ਬੁਰਾ ਹਾਲ ਹੈ। ਕਿਵੇਂ? ਆ ਸਰਕਾਰੀ ਮਹਿਕਮੇ ਦੇਖ ਲਾ,
ਅੱਜ ਕੱਲ ਨੌਕਰੀਆਂ ਵਿਕਦੀਆਂ ਨੇ ਵਿਕਦੀਆਂ। ਸਹੀ ਗੱਲ ਹੈ ਤੇਰੀ, ਅਖਬਾਰਾਂ 'ਚ ਪੜ੍ਹ ਲੈ ਨਿੱਤ ਦਿਨ, ਉਹ ਨੋਟ ਸਾਂਭੇ ਨਹੀਂ ਜਾਂਦੇ ਲੋਕਾਂ ਤੋਂ। ਜਿਨ੍ਹਾਂ ਤੋਂ ਰਿਸ਼ਵਤ ਦੇ ਨੋਟ ਨਹੀਂ ਸਾਂਭੇ ਜਾਂਦੇ ਨਾ, ਉਹਨਾਂ ਨੂੰ ਮੇਰੀ ਇੱਕ ਸਲਾਹ ਹੈ। ਕੀ ਹੈ ਬਈ? ਟਿੰਗ ਡਿੰਗ 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 ਟਿੰਗ ਡਿੰਗ 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 ਟਿੰਗ ਡਿੰਗ 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 ਸਖਤਾਈ ਹੋ ਗਈ। ਟਿੰਗ ਡਿੰਗ ਡਿੰਗ ਡਿੰਗ
ਲਓ ਜੀ ਪ੍ਰੋਗਰਾਮ ਹਾਜ਼ਰ ਜਵਾਬੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਜੁਗਨੂ ਜੀ, ਬਹੁਤ ਸਾਰੀਆਂ ਚਿੱਠੀਆਂ ਆਈਆਂ, ਉਹਨਾਂ ਦੇ ਵਿੱਚੋਂ ਕੁਝ ਚਿੱਠੀਆਂ ਮੈਂ ਕੱਢ ਲਈਆਂ, ਪੜ੍ਹਦਾ ਨਹੀਂ ਆ ਤੁਹਾਡੀ ਇਜਾਜ਼ਤ ਦੇ ਨਾਲ। ਹਲਾ ਹਲਾ, ਇਜਾਜ਼ਤ ਹੈ ਜੀ ਜੀ। ਲਓ ਜੀ ਜੁਗਨੂ ਜੀ, ਸਭ ਤੋਂ ਪਹਿਲੀ ਚਿੱਠੀ ਆਈ ਆ ਧਨੌਲੇ ਤੋਂ, ਲਿਖਣ ਵਾਲੇ ਆ ਰਘਬੀਰ ਚੰਗਾਲ, ਇਹ ਪੱਤਰਕਾਰ ਹੈ ਜੀ। ਇਹ ਲਿਖਦੇ ਆ ਕਹਿੰਦੇ, ਜੁਗਨੂ ਜੀ ਅੱਜ ਕੱਲ੍ਹ ਟੀਵੀ ਦੇ ਉੱਤੇ ਗੀਤ ਆਉਂਦੇ ਆ, ਉਹਨਾਂ ਦੇ ਵਿੱਚ ਮਾਡਲ ਕੁੜੀਆਂ ਅਤੇ ਹੀਰੋਇਨਾਂ ਬਹੁਤ ਘੱਟ ਕੱਪੜੇ ਪਾਉਂਦੀਆਂ, ਕੀ ਕਰੀਏ ਜੀ? ਰੱਬ ਤੁਹਾਡਾ ਭਲਾ ਕਰੇ, ਇਹਦਾ ਤਾਂ ਹੁਣ ਇਹੀ ਇਲਾਜ ਹੈ ਜੀ ਕਿ ਆਪਣੇ ਟੀਵੀ 'ਤੇ ਕੱਪੜਾ ਪਾ ਕੇ ਦੇਖਿਆ ਕਰੋ। ਅੱਜ ਕੱਲ੍ਹ ਭਾਈ ਆ ਜੀ, ਗੀਤਾਂ ਦਾ ਤਾਂ ਇਹ ਹਾਲ ਹੈ ਕਿ ਗੀਤ ਹੁੰਦਾ ਚੁੰਨੀ 'ਤੇ, ਕਿ ਤੇਰੀ ਚੁੰਨੀ ਨੇ ਮੁਟਿਆਰੇ ਨੀ, ਚੁਣ ਚੁਣ ਗੱਭਰੂ ਮਾਰੇ ਨੀ। ਅਤੇ ਜਿਹੜੀ ਮੁਟਿਆਰ ਹੁੰਦੀ ਹੈ ਗਾਣੇ 'ਚ, ਉਹਦੇ ਚੁੰਨੀ ਦੀ ਗੱਲ ਤਾਂ ਛੱਡੋ, ਪੂਰੇ ਸਰੀਰ 'ਤੇ ਅੱਧੀ ਚੁੰਨੀ ਜਿੰਨੇ ਕੱਪੜੇ ਨਹੀਂ ਪਾਏ ਹੁੰਦੇ। ਜਿਉਂਦੇ ਵੱਸਦੇ ਰਹੋ ਮੋਤੀਆਂ ਵਾਲੇ, ਬਹੁਤ ਵਧੀਆ ਗੱਲ ਕਹੀ ਆ। ਲਓ ਜੀ, ਅਗਲੀ ਚਿੱਠੀ ਆਈ ਆ ਜੀ ਅੰਮ੍ਰਿਤਸਰ ਤੋਂ, ਫਰੈਂਡਸ ਕਲੋਨੀ ਤੋਂ ਲਿਖਦੇ ਆ ਜੀ ਪਵਨਦੀਪ। ਕੀ ਲਿਖਿਆ ਜੀ ਇਹਨਾਂ ਨੇ? ਕਹਿੰਦੇ ਜੀ, ਮੇਰੀ ਇੱਕ ਐਸਟੀਡੀ ਆ, ਮੈਂ ਐਸਟੀਡੀ ਦਾ ਮਾਲਕ ਆ, ਰੱਬ ਕਰੇ ਚੱਲਦੀ ਰਹੇ, ਵੈਸੇ ਕਨੈਕਸ਼ਨ ਤਾਂ ਘੱਟ ਹੀ ਮਿਲਦੇ ਆ। ਹਾਂਜੀ। ਅਤੇ ਕਹਿੰਦੇ ਆ ਜੀ, ਸਾਡੇ ਪਿੰਡ ਮਹੀਨਾ ਪਹਿਲਾਂ ਸੜਕ ਬਣੀ ਸੀ, ਮਹੀਨੇ 'ਚ ਹੀ ਟੁੱਟ ਗਈ। ਬਹੁਤ ਬਹੁਤ ਵਧਾਈਆਂ ਪਵਨਦੀਪ ਜੀ, ਸ਼ੁਕਰ ਕਰੋ ਤੁਹਾਡੀ ਸੜਕ ਜਿਹੜੀ ਇੱਕ ਮਹੀਨੇ ਦਾ ਚੱਲ ਗਈ। ਸਾਡੇ ਪਿੰਡ ਵਾਲੀ ਸੜਕ ਭਾਈ ਆ ਜੀ, 20 ਸਾਲ ਹੋ ਗਏ ਕਾਗਜ਼ਾਂ 'ਚ ਬਣੀ ਪਈ ਹੈ, ਧਰਤੀ 'ਤੇ ਬਣੀ ਹੀ ਨਹੀਂ। ਕਰ ਲਓ ਗੱਲ ਜੀ, ਸੜਕਾਂ ਦਾ ਅੱਜ ਕੱਲ੍ਹ ਇਹ ਹਾਲ ਹੈ ਕਿ ਕਾਸ਼ਕ ਨੇ ਆਪਣੀ ਮਹਿਬੂਬਾ ਨੂੰ ਇਹ ਕਹਿ ਕੇ ਲਾਂਭਾ ਦਿੱਤਾ। ਓ ਬੱਲਾ ਬੱਲਾ ਬੱਲਾ, ਬਹੁਤ ਵਧੀਆ ਜਵਾਬ ਦਿੱਤਾ ਮੋਤੀਆਂ ਵਾਲਿਓ। ਲਓ ਜੀ, ਅਖੀਰਲੀ ਚਿੱਠੀ ਆ ਬਠਿੰਡੇ ਤੋਂ, ਲਿਖਦੇ ਆ ਪੱਪੂ ਜੀ। ਕਹਿੰਦੇ ਭਾਈਆ ਜੀ, ਆ ਮੈਨੂੰ ਲਿਖਿਆ ਜੀ, ਮੇਰੇ ਵਾਲੀ ਗੱਲ ਆ। ਅੱਛਾ ਜੀ। ਕਹਿੰਦੇ ਭਾਈਆ ਜੀ, ਉਹ ਸ਼ਰਾਬੀ ਸ਼ਰਾਬ ਪੀਣ ਬਹਿੰਦੇ ਆ, ਪਹਿਲਾਂ ਪੈਗ ਲਾਉਣ ਤੋਂ ਪਹਿਲਾਂ ਇਹ ਕਿਉਂ ਕਹਿੰਦੇ ਹੁੰਦੇ ਆ? ਓਕੇ ਜੀ, ਚੰਗਾ ਜੀ, ਚੰਗਾ ਫਿਰ। ਉਹਦਾ ਮਤਲਬ ਹੁੰਦਾ ਬੱਚਿਆਂ ਵਾਲਿਓ ਕਿ ਚੰਗਾ ਜੀ, ਹੁਣ ਬੰਦਿਆਂ ਦੇ ਰੂਪ 'ਚ ਕੱਲ੍ਹ ਨੂੰ ਮਿਲਾਂਗੇ। ਸ਼ਰਾਬੀ ਤਾਂ ਭਾਈਆ ਜੀ ਸ਼ਰਾਬ ਨੂੰ ਇੰਨਾ ਪਿਆਰ ਕਰਦੇ ਨੇ, ਸਾਡੇ ਪਿੰਡ ਦੇ ਇੱਕ ਬੰਦੇ ਨੇ ਅਧੀਆ ਲਿਆ ਠੇਕੇ ਤੋਂ ਅਤੇ ਡੱਬ 'ਚ ਟੰਗ ਲਿਆ। ਅੱਛਾ ਜੀ। ਸਾਈਕਲ 'ਤੇ ਚੜ੍ਹ ਕੇ ਤੁਰ ਪਿਆ ਪਿੰਡ ਵੱਲ ਨੂੰ, ਉਹ ਅਧੀਏ ਦਾ ਇੰਨਾ ਚਾਅ ਚੜ੍ਹ ਗਿਆ ਉਹਨੂੰ, ਖੁਸ਼ੀ ਇੰਨੀ ਮਨਾ ਗਿਆ ਕਿ ਉਹਨੇ ਅੱਗੇ ਦੇਖਿਆ ਹੀ ਨਹੀਂ, ਅੱਗੇ ਖੱਡਾ ਸੀ, ਉਹ ਸਾਈਕਲ ਖੱਡੇ ਦੇ ਵਿੱਚ ਡਿੱਗਿਆ ਅਤੇ ਮੂਧੇ ਮੂੰਹ ਡਿੱਗਿਆ ਮੁੰਡਾ। ਓਹੋ। ਉੱਠਣ ਵੇਲੇ ਸਭ ਤੋਂ ਪਹਿਲਾਂ ਉਹਨੇ ਉੱਥੇ ਹੱਥ ਮਾਰਿਆ ਜਿੱਥੇ ਅਧੀਆ ਟੰਗਿਆ ਸੀ। ਅੱਛਾ। ਉੱਥੇ ਉਹਨੂੰ ਗਿੱਲਾ ਗਿੱਲਾ ਜਿਹਾ ਲੱਗਿਆ ਭਾਈ ਆ ਜੀ, ਉਹਨੇ ਉੱਪਰ ਵੱਲ ਨੂੰ ਨਿਗਾਹ ਕਰਕੇ ਪਤਾ ਕੀ ਆਖਿਆ? ਕੀ ਆਖਿਆ ਜੀ? ਹਾਏ ਓਏ ਰੱਬਾ, ਰੱਬ ਕਰਕੇ ਖੂਨ ਹੀ ਹੋਵੇ। ਜੁਗਨੂੰ ਰਾਂਝੇ, ਸ਼ਰਾਬ ਦੀ ਗੱਲ ਚੱਲੀ ਹੈ, ਮੈਂ ਕਹਿੰਦਾ ਮੰਗਾ ਹੀ ਲੈ, ਕੁੱਟ ਕੁੱਟ ਲਾ ਹੀ ਲੈਂਦੇ ਹਾਂ। ਨਹੀਂ ਨਹੀਂ, ਮੇਰਾ ਮਤਲਬ ਹੈ ਪੰਜਾਬੀਆਂ ਦਾ ਸ਼ਰਾਬ ਨਾਲ ਥੋੜ੍ਹਾ ਜਿਹਾ ਹੋਰ ਹੀ ਤਰ੍ਹਾਂ ਦਾ ਰਿਸ਼ਤਾ ਹੈ। ਸਹੀ ਗੱਲ ਹੈ ਯਾਰ, ਆਪਣੇ ਪੰਜਾਬੀ ਸ਼ਰਾਬ ਬਹੁਤ ਪੀਂਦੇ ਆ ਯਾਰ। ਗੋਰੇ ਨੂੰ ਪੁੱਛਿਆ ਕਿ ਕੀ ਲਓਗੇ ਡੀਅਰ? ਅੱਛਾ। ਉਹ ਕਹਿੰਦਾ ਮੇਬੀ ਵਨ ਬੀਅਰ। ਉਹ ਤੋਂ ਬਾਅਦ ਕੀ ਦੱਸਾਂ ਬੀਅਰ ਨਾਲ ਕੀ ਬੀਤੀ, ਘੁੱਟ ਘੁੱਟ ਕਰਕੇ ਪੌਣੇ ਦੋ ਘੰਟਿਆਂ 'ਚ ਤੜਫਾ ਤੜਫਾ ਕੇ ਪੀਤੀ। ਉਹ ਤੋਂ ਬਾਅਦ ਉਹਨੂੰ ਪੁੱਛਿਆ ਕਿ ਹੋਰ? ਉਹ ਕਹਿੰਦਾ ਥੈਂਕ ਯੂ ਵੈਰੀ ਮੱਚ, ਨੋ ਮੋਰ। ਹੁਣ ਮੈਂ ਬੀਅਰ ਪੀਣੀ ਇੱਥੇ ਹੀ ਬੰਦ ਖੜਾਂਗਾ, ਹੁਣ ਮੈਂ ਡਿਨਰ ਖਾਣਾ ਪਸੰਦ ਕਰਾਂਗਾ। ਪੰਜਾਬੀ ਨੂੰ ਪੁੱਛਿਆ ਕਿ ਬੀਅਰ ਲਾਉਂਗੇ ਭਰਾ? ਉਹ ਹੀ ਕਹਿੰਦਾ ਬਈ। ਉਹ ਕਹਿੰਦਾ ਜਵਾਂ ਦੇ ਪਾਣੀ ਦਾ ਕੀ ਪੀਣਾ, ਤੂੰ ਬਿਸਕੀ ਪਾ। ਉਹਨਾਂ ਨੇ ਆਖਿਆ ਓਕੇ, ਉਹਨੇ 4-5 ਪੈਗ ਠੋਕੇ। ਫਿਰ ਬਸ ਪਹਿਲਾਂ ਭੰਗੜਾ, ਫਿਰ 100 ਕੁ ਗਾਲਾਂ, 75 ਲਲਕਾਰੇ ਅਤੇ ਫਿਰ ਪੁੱਠੀਆਂ ਛਾਲਾਂ। ਜਦੋਂ ਪੰਜਾਬੀ ਬੋਲੀ 'ਚ ਅੰਗਰੇਜ਼ੀ ਵੜ ਗਈ, ਇਹਦਾ ਮਤਲਬ ਪੰਜਾਬੀ ਨੂੰ ਚੜ ਗਈ। ਆਮ ਸੋਰੀ, ਓਕੇ, ਆਮ ਓਕੇ, ਓਕੇ, ਪੱਕੀ ਗੱਲ ਹੈ ਪੰਜਾਬੀ ਸ਼ਰਾਬ ਪੀ ਕੇ ਬੋਲਣੋਂ ਨਹੀਂ ਹਟ ਸਕਦਾ, ਭਾਵੇਂ ਉਹਦੇ ਮੂੰਹ 'ਤੇ ਪੱਥਰ ਧਰ ਲਓ, ਜਿੰਨੀ ਮਰਜ਼ੀ ਸ਼ਰਾਬ ਪੀ ਲਏ ਇੱਕ ਵਾਰੀ ਜ਼ਰੂਰ ਕਹਿੰਦਾ। ਕੀ ਕਹਿੰਦਾ?
ਓਏ ਰੋਟੀ ਖਾਣ ਜੋਗਾ ਤਾਂ ਕਰ ਲਓ। ਉਹ ਦੇਖੀ ਜਗੂ ਦੇਖੀ ਦੇਖੀ ਸੰਭਲ ਕੇ ਆ ਰੋਟੀ ਖਾਣ ਤੱਕ ਤਾਂ ਤੇਰੀ ਗੱਲ ਠੀਕ ਹੈ, ਸਮਝ ਆਉਂਦੀ ਹੈ। ਜਦੋਂ ਨਾ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਆ, ਟਰੱਕ ਚਲਾਉਂਦੇ ਆ, ਉਦੋਂ ਗੱਲ ਵੱਧ ਜਾਂਦੀ ਹੈ। ਨਾਲੇ ਤੂੰ ਦੇਖ ਲੈ, ਸਰਕਾਰ ਨੇ ਥਾਂ ਥਾਂ 'ਤੇ ਬੋਰਡ ਲਾਏ ਹੋਏ ਨੇ, ਫੱਟੇ ਲਾਏ ਹੋਏ ਨੇ, ਲਿਖਿਆ ਹੋਇਆ ਵੀ ਸ਼ਰਾਬ 'ਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ ਹੈ। ਸ਼ਰਾਬ 'ਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ ਹੈ, ਇਹਨੂੰ ਤਾਂ ਉਹ ਗਲਤ ਵਰਤਦੇ ਨੇ। ਕਿਵੇਂ? ਆ ਮੈਂ ਇੱਕ ਪਿੱਛੇ ਜਿਹੇ ਟਰੱਕ ਡਰਾਈਵਰ ਨੂੰ ਪੁੱਛਿਆ ਕਿ ਤੁਸੀਂ ਭਾਈ ਸਾਹਿਬ ਸ਼ਰਾਬ ਕਿਉਂ ਪੀਂਦੇ ਹੋ, ਜਦਕਿ ਸਰਕਾਰ ਤਾਂ ਮਨਾ ਕਰਦੀ ਹੈ। ਉਹ ਕਹਿੰਦਾ ਸਰਕਾਰ ਕਦੋਂ ਮਨਾ ਕਰਦੀ ਹੈ? ਮੈਂ ਕਿਹਾ ਜਗ੍ਹਾ ਜਗ੍ਹਾ ਟੈਂਪੂ ਟਰੱਕਾਂ 'ਤੇ ਲਿਖਿਆ ਹੁੰਦਾ ਕਿ ਸ਼ਰਾਬ 'ਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ। ਕਹਿੰਦਾ ਫਿਰ ਇਸੇ ਕਰਕੇ ਤਾਂ ਪੀਂਦੇ ਹਾਂ। ਮੈਂ ਕੀ ਮਤਲਬ? ਕਹਿੰਦਾ ਫਿਰ ਸਰਕਾਰ ਨੇ ਲਿਖਿਆ ਹੋਇਆ ਕਿ ਸ਼ਰਾਬ 'ਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ, ਪੀ ਲੈਣੀ ਚਾਹੀਦੀ ਹੈ। ਸ਼ਰਾਬ ਅਲੱਗ ਚੀਜ਼ ਹੈ, ਡਰਾਈਵਿੰਗ ਅਲੱਗ ਚੀਜ਼ ਹੈ। ਯਾਰ ਦੱਸ ਯਾਰ, ਲਿਖੇ ਹੋਏ ਨੂੰ ਗਲਤ ਵਰਤੀ ਜਾਂਦੇ ਯਾਰ, ਮੈਨੂੰ ਸਮਝ ਨਹੀਂ ਆਉਂਦੀ ਹੈ। ਲਿਖਣ ਦੇ ਮਾਮਲੇ 'ਚ ਤਾਂ ਟਰੱਕਾਂ ਵਾਲੇ ਕਮਾਲ ਹੁੰਦੇ ਆ। ਕਿਵੇਂ? ਟਰੱਕ ਜੀ ਟੀ ਰੋਡ ਦੇ ਬਿਲਕੁਲ ਪਰਲੇ ਪਾਸੇ ਸਫੈਦੇ ਦੇ ਵਿੱਚ ਖੁੱਭਿਆ ਪਿਆ ਹੁੰਦਾ, ਐਨ ਚੀਰਿਆ ਪਿਆ ਟਰੱਕ ਹੁੰਦਾ, ਅੱਧਾ ਕਿਲੋਮੀਟਰ 'ਤੇ ਅਗਲੇ ਟਾਇਰ ਪਏ ਹੁੰਦੇ ਨੇ। ਉਹਦਾ ਜਿਹੜਾ ਸੜਕ ਵਾਲੇ ਪਾਸੇ ਹੁੰਦਾ ਨਾ ਪਿਛਲਾ ਪਾਸਾ, ਉਹਦੇ ਉੱਤੇ ਵੱਡੇ ਵੱਡੇ ਅੱਖਰਾਂ ਲਿਖਿਆ ਹੁੰਦਾ ਕੀ? ਸਾੜਨਾ ਰੀਸ ਕਰ, ਤੇਰੀ ਰੀਸ ਕਰੀ ਅਸੀਂ ਵੀ ਸਫੈਦਿਆਂ 'ਚ ਮਾਰੀਏ। ਅਤੇ ਬਾਕੀ ਲਿਖਣ ਦੇ ਮਾਮਲੇ 'ਚ ਇੱਕ ਸਕੂਲ ਦੀ ਵੈਨ ਵਾਲੇ ਨੇ ਕਮਾਲ ਹੀ ਕਰ ਰੱਖੀ ਸੀ। ਉਹਨੇ ਕੀ ਲਿਖਿਆ ਸੀ ਬਈ? ਬੱਚਿਆਂ ਵਾਲੀ ਵੈਨ ਜਾ ਰਹੀ ਹੈ, ਬੱਚਿਆਂ ਨਾਲ ਭਰੀ ਹੋਈ, ਬੱਚੇ ਲੋਕਾਂ ਨੂੰ ਬਾਏ ਬਾਏ ਟਾਟਾ ਕਰਦੇ ਜਾ ਰਹੇ ਨੇ, ਅਤੇ ਵੈਨ ਦੇ ਪਿਛਲੇ ਪਾਸੇ ਪਤਾ ਕੀ ਲਿਖਿਆ ਸੀ? ਕੀ ਲਿਖਿਆ ਸੀ? ਮੈਨੂੰ ਨਾ ਛੇੜ, ਮੈਂ ਤਾਂ ਬੱਚਿਆਂ ਵਾਲੀ ਹਾਂ। ਭਾਈ ਸਾਹਿਬ, ਟਾਈਮ ਕਿੰਨਾ ਹੋ ਗਿਆ? ਪੌਣੇ 7 ਵੱਜ ਗਏ। ਹਾਂ ਹਾਂ, ਬਹੁਤ ਨੁਕਸਾਨ ਹੋ ਗਿਆ ਜੀ ਮੇਰਾ ਤਾਂ। ਕੀ ਹੋ ਗਿਆ? ਸਵੇਰ ਦਾ ਨਾ ਤੁਸੀਂ ਇਹ ਨਹੀਂ ਦੱਸਿਆ ਵੀ ਤੁਸੀਂ ਸਕੇ ਭਾਈ ਹੋ। ਅਸੀਂ ਦੋਨੋਂ ਜੋੜੇ ਭਾਈ ਹਾਂ, ਸਕੇ ਹਾਂ। ਇਹ ਮੈਥੋਂ 2 ਮਿੰਟ ਛੋਟਾ ਹੈ। ਸਕੇ ਭਾਈ ਹੋ? ਹਾਂ। ਸੌਂ ਖਾਓ। ਹਾਂ, ਸੌਂ ਲੱਗੇ ਬਸ, ਸਕੇ ਭਾਈ ਹਾਂ ਯਾਰ। ਵੈਸੇ ਲੱਗਦੇ ਨਹੀਂ ਯਾਰ, ਸਵੇਰ ਦਾ ਸਾਡਾ ਤੂੰ ਸਿਰ ਖਾ ਗਿਆ। ਤੂੰ ਕੀ ਕੰਮ ਕਰਦੇ? ਬਹੁਤ ਵਧੀਆ ਸਵਾਲ ਹੈ। ਦੇਸ਼ ਦੀ ਵਾਦੀ ਵੱਧ ਗਈ, ਚਾਰੇ ਪਾਸੇ ਬੇਰੁਜ਼ਗਾਰੀ ਫੈਲ ਗਈ, ਬੇਰੁਜ਼ਗਾਰੀ ਦਾ ਭੁੱਖਮਰੀ ਆ ਗਈ। ਅਸੀਂ ਵੀ ਕੀ ਕਰਨਾ, ਖਾਣ ਨੂੰ ਕੁਝ ਮਿਲਦਾ ਨਹੀਂ, ਭੁੱਖੇ ਮਰਦੇ ਹਾਂ, ਹੋਰ ਕੀ ਕਰਨਾ। ਲੈ ਹਜੇ ਭੁੱਖਾ ਮਰਦਾ ਏ। ਕੱਲ ਦੇ ਹੀਰ ਤੇ ਰਾਂਝੇ ਫੈਸ਼ਨ ਨੇ ਪਏ ਨੇ ਮਾਂਜੇ, ਅੱਜ ਕੱਲ ਦੇ ਹੀਰ ਤੇ ਰਾਂਝੇ ਫੈਸ਼ਨ ਨੇ ਪਏ ਨੇ ਮਾਂਜੇ, ਰੋਜ਼ ਰਾਤ ਨੂੰ ਡਾਂਸ ਕਰਨ ਲਈ ਪੱਬ 'ਚ ਜਾਂਦੇ ਨੇ, ਛੱਡ ਕੇ ਚੂਰੀਆਂ ਹੁਣ ਤਾਂ ਪੀਜ਼ੇ ਬਰਗਰ ਖਾਂਦੇ ਨੇ, ਛੱਡ ਕੇ ਚੂਰੀਆਂ ਹੁਣ ਤਾਂ ਪੀਜ਼ੇ ਬਰਗਰ ਖਾਂਦੇ ਨੇ। ਅੱਜ ਵੀ ਹੁੰਦਾ ਪਿਆਰ ਤਰੀਕੇ ਬਦਲ ਗਏ, ਅੱਜ ਵੀ ਹੁੰਦਾ ਪਿਆਰ ਤਰੀਕੇ ਬਦਲ ਗਏ, ਅੱਜ ਵੀ ਹੁੰਦਾ ਪਿਆਰ ਤਰੀਕੇ ਬਦਲ ਗਏ। ਸੱਸੀ ਨੇ ਵਾਲ ਕਟਾਤੇ, ਪੁੰਨੂ ਦੇ ਲਾਂਬੇ ਲਾਤੇ,
ਸੱਸੀ ਨੇ ਵਾਲ ਕਟਾਤੇ, ਪੁੰਨੂ ਦੇ ਲਾਂਬੇ ਲਾਤੇ। ਪਹਿਲਾਂ ਸੱਸੀ ਐਵੇਂ ਮਾਰੂ ਥਲ ਵਿੱਚ ਸੜ ਜਾਂਦੀ, ਅੱਜ ਕੱਲ ਵਾਲੀ ਅੱਜ ਕੱਲ ਸੱਸੀ ਅੱਜ ਕੱਲ ਸੱਸੀ ਏਅਰ ਕੰਡੀਸ਼ਨ ਕਾਰ 'ਚ ਚੜ ਜਾਂਦੀ, ਅੱਜ ਕੱਲ ਸੱਸੀ ਏਅਰ ਕੰਡੀਸ਼ਨ ਕਾਰ 'ਚ ਚੜ ਜਾਂਦੀ। ਅੱਜ ਵੀ ਹੁੰਦਾ ਪਿਆਰ ਤਰੀਕੇ ਬਦਲ ਗਏ, ਅੱਜ ਵੀ ਹੁੰਦਾ ਪਿਆਰ ਤਰੀਕੇ ਬਦਲ ਗਏ। ਗੱਲ ਸਾਹਿਬਾਂ ਨੂੰ ਸਮਝਾਈ, ਮਿਰਜ਼ੇ ਨੇ ਜੁਗਤ ਬਣਾਈ, ਗੱਲ ਸਾਹਿਬਾਂ ਨੂੰ ਸਮਝਾਈ। ਪਹਿਲਾਂ ਵਾਲਾ ਐਵੇਂ ਜੰਡਦੇ ਥੱਲੇ ਸੌਂ ਗਿਆ ਬਈ, ਹੁਣ ਸਾਹਿਬਾਂ ਦੇ ਹੁਣ ਸਾਹਿਬਾਂ ਦੇ ਹੁਣ ਸਾਹਿਬਾਂ ਦੇ ਭਾਈਆਂ ਨਾਲ ਸਮਝੌਤਾ ਹੋ ਗਿਆ ਬਈ, ਹੁਣ ਸਾਹਿਬਾਂ ਦੇ ਭਾਈਆਂ ਨਾਲ ਸਮਝੌਤਾ ਹੋ ਗਿਆ ਬਈ। ਛੱਡ ਕੇ ਚੂਰੀਆਂ ਹੁਣ ਤਾਂ ਪੀਜ਼ੇ ਕੱਲ, ਸੱਸੀ ਏਅਰ ਕੰਡੀਸ਼ਨ ਕਾਰ 'ਚ ਚੜ ਜਾਂਦੀ, ਹੁਣ ਸਾਹਿਬਾਂ ਦੇ ਭਾਈਆਂ ਨਾਲ ਸਮਝੌਤਾ ਹੋ ਗਿਆ ਬਈ। ਭਗਵਾਨ